ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਅੱਜ ਦਿਨ ਹੈ ਮੰਗਲਵਾਰ, ਤਰੀਕ ਹੈ 14 ਮਈ, ਅਤੇ ਸਮਾਂ ਜੀ ਪੰਜਾਬ ਦੀਆਂ ਘੜੀਆਂ 'ਤੇ 6:30। ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ, ਗੱਲਬਾਤ ਕਰਨ ਦੇ ਲਈ ਤੁਹਾਡੇ ਨਾਲ ਫੋਨ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਜੀ, 9216410666 ਦੇ ਉੱਤੇ ਤੁਸੀਂ ਸਾਡੇ ਨਾਲ ਪੱਟੀ ਸਾਹਿਬ ਦੇ ਗੱਲਬਾਤ ਦੌਰਾਨ ਤੁਸੀਂ ਸਾਡੇ ਨਾਲ ਲਾਈਵ ਜੁੜ ਕੇ ਕੋਈ ਸਵਾਲ ਆਤਾ ਤਾਂ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਤ੍ਰਿਪਤੀਪਾਲ ਸਿੰਘ ਅਤੇ ਸਟੋਕਟਨ ਤੋਂ ਜਗਜੀਤ ਸਿੰਘ ਲੰਡਨ ਕੈਨੇਡਾ ਤੋਂ। ਇਸ ਪ੍ਰੋਗਰਾਮ ਦੇ ਸਪੋਂਸਰ ਨੇ ਜੀ ਅਮਰੀਕਾ ਦੀ ਮਸ਼ਹੂਰ ਲਾਅ ਫਰਮ ਗੈਲਨ ਗੈਲ, ਜਿਨ੍ਹਾਂ ਦੇ ਸੀਨੀਅਰ ਅਟਾਰਨੀ ਐਮੀ ਗੈਲ ਹੋ ਰਹੀ ਸਾਰੇ ਅਮਰੀਕਾ ਦੇ ਵਿੱਚ ਤੁਹਾਨੂੰ ਪੱਕੇ ਕਰਾਉਣ ਦਾ ਕੇਸ ਲੜਦੇ ਨੇ, ਅਤੇ ਨਿਊਯਾਰਕ ਦੇ ਵਿੱਚ ਦਫ਼ਤਰ ਹੈ ਜੀ, ਤੁਸੀਂ ਫੋਨ ਕਰ ਸਕਦੇ ਹੋ ਨਿਊਯਾਰਕ ਦੇ ਸਮੇਂ ਦੇ ਮੁਤਾਬਕ ਮੰਡੇ ਟੂ ਫਰਾਈਡੇ 212-619-2859 'ਤੇ, ਜਾਂ ਫਿਰ ਪੰਜਾਬੀ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ ਤੁਸੀਂ ਵਟਸਐਪ ਕਾਲ ਕਰ ਸਕਦੇ ਹੋ ਰਾਜਵੀਰ ਸਿੰਘ ਹੋਰਾਂ ਦੇ ਨਾਲ 7186121188। ਇਹ ਨੰਬਰ ਤੁਹਾਨੂੰ ਸਾਡੀ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਸਕਰੀਨ 'ਤੇ ਵੀ ਇਸ ਵਕਤ ਦੇਖਣ ਨੂੰ ਮਿਲ ਰਿਹਾ, ਸੋ ਤੁਸੀਂ ਇਹ ਨੰਬਰ ਨੋਟ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਲੇਖਾ ਜੋਖਾ ਅਕਾਊਂਟਸ ਦੀ ਹੈਲਪ ਚਾਹੀਦੀ ਹੈ ਵਾਸ਼ਿੰਗਟਨ ਸਟੇਟ ਦੇ ਕੈਂਟ ਸੈਟਲ ਏਰੀਏ ਦੇ ਵਿੱਚ, ਤਾਂ ਤੁਸੀਂ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨੂੰ 253-520-8886 ਦੇ ਉੱਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਇਹਨਾਂ ਦੀ 24915-104 Avenue ਕੈਂਟ ਵਾਸ਼ਿੰਗਟਨ ਦੇ ਵਿੱਚ ਹੈ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸੀਐਟਲ ਓਨਰ ਆਪਰੇਟਰ ਅਤੇ ਹਾਇਰ ਡਰਾਈਵਰ ਹਾਇਰ ਕਰ ਰਹੀ ਹੈ ਜੀ, ਬੜੀ ਓਪਨਿੰਗ ਖੁੱਲ੍ਹੀ ਹੈ, ਤਾਂ ਜਿਨ੍ਹਾਂ ਵੀਰਾਂ ਨੇ ਲੋਕਲ ਏਰੀਆ ਜੋਬ ਚਾਹੀਦੀ ਹੈ, ਬੱਚਿਆਂ ਪਰਿਵਾਰ ਨਾਲ ਤੁਸੀਂ ਸਮਾਂ ਬਤੀਤ ਕਰਨਾ, ਤਾਂ ਜਗਦੇਵ ਸੰਧੂ ਹੋਰਾਂ ਨੂੰ 253-266-9924 'ਤੇ ਕਾਲ ਕਰੋ, ਜਾਂ ਗੁਰਵਿੰਦਰ ਧਾਲੀਵਾਲ ਦੇ ਨਾਲ 206-354-4060 ਦੇ ਉੱਤੇ ਸੰਪਰਕ ਕਰ ਸਕਦੇ ਹੋ। ਮੇਰੇ ਨਾਲ ਇਸ ਵਕਤ ਪੱਟੀ ਸਾਹਿਬ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ, ਇੱਥੇ ਰੂਹ ਨਹੀਂ ਰੋਈ, ਕਹਿੰਦੇ ਗੱਲ ਸੁੱਜ ਗਈ। ਕੋਈ ਨੌਜਵਾਨ ਸੀ ਜੀ, ਉਹ ਆਪਣੇ ਦੋਸਤਾਂ ਨੂੰ ਕਹਿੰਦਾ ਵੀ ਭਾਈ ਮੈਂ 10 ਮਿੰਟ ਤੱਕ ਆਇਆ, ਤੇ 10 ਮਿੰਟਾਂ ਬਾਅਦ ਜਦੋਂ ਆਉਂਦਾ ਤੇ ਉਹਦੇ ਮੱਥੇ 'ਚ ਲਹੂ ਮਗਦਾ ਹੁੰਦਾ। ਅੱਛਾ ਜੀ। ਉਹ ਕਹਿੰਦਾ ਇਹ ਕੀ ਹੋਇਆ ਯਾਰ, ਤੂੰ ਚੰਗਾ ਭਲਾ ਇੱਥੋਂ ਗਿਆ, ਤੈਨੂੰ ਕੁੱਟਿਆ ਮਾਰਿਆ ਹੋਇਆ ਕੀ ਆ। ਉਹ ਥੋੜਾ ਜਿਹਾ ਠੱਠਾ ਸੀ, ਕਹਿੰਦਾ ਨਹੀਂ ਸੱਜਣਾਂ ਨੇ ਫੁੱਲ ਮਾਰਿਆ। ਉਹ ਕਹਿੰਦਾ ਫੁੱਲ ਲੱਕੜ ਦਾ ਸੀ, ਲੋਹੇ ਦਾ ਸੀ, ਪਿੱਤਲ ਦਾ ਸੀ, ਕਾਹਦਾ ਸੀ, ਕਿਹੜੇ ਕਿਹੜਾ ਫੁੱਲ ਸੀ। ਕਹਿੰਦਾ ਨਹੀਂ ਗੱਗਾ ਗੁਲਾਬ ਦਾ ਸੀਗਾ। ਤੇ ਕਹਿੰਦਾ ਯਾਰ ਫਿਰ ਲੋਕ ਨਿਕਲ ਆਇਆ ਤੇ ਗੁਲਾਬ ਦੇ ਫੁੱਲ ਦਾ। ਕਹਿੰਦਾ ਨਹੀਂ ਉਹਨਾਂ ਗੱਗਾ ਗਮਲੇ ਥਲੇ ਮਾਰਿਆ। ਉਹ ਹਾਲ ਸਾਡੇ ਮੁੱਖ ਮੰਤਰੀ ਸਾਹਿਬ ਦਾ। ਅੱਛਾ ਜੀ। ਲੋਕੀ ਬੜੇ ਚਲਾਕ ਨੇ, ਨਿਸ਼ਾਨੇ ਬਾਜ ਨੇ ਜੀ। ਅਨੰਦਪੁਰ ਸਾਹਿਬ ਦੇ ਵਿੱਚ ਮਾਧਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ। ਇੱਥੋਂ ਤੱਕ ਹੋ ਗਿਆ ਜਿਹੜੀਆਂ ਜੇਸੀਬੀ ਮਸ਼ੀਨਾਂ ਨੇ ਉਹਨਾਂ ਦੇ ਪਾਰਟਸ ਦੇ ਉੱਪਰ ਬੈਠ ਕੇ ਲੋਕੀ ਉੱਤੋਂ ਵਰਖਾ ਕਰਦੇ ਨੇ, ਫੁੱਲਾਂ ਕਰਵਾਉਂਦੇ ਹੋਣੇ ਜੀ, ਫੁੱਲ ਆਪ ਦਿੰਦੇ ਹੋਣੇ ਨਾਲ। ਬਿਲਕੁਲ ਬਿਲਕੁਲ। ਹੁਣ ਫੁੱਲਾਂ ਦੀ ਵਰਖਾ ਹੋ ਰਹੀ ਸੀਗੀ ਤੇ ਕਈ ਸਬੂਤੇ ਫੁੱਲ ਵਿੱਚ ਆ ਜਾਂਦੇ ਆ। ਅੱਛਾ ਜੀ। ਉਹ ਫਿਰ ਗੈਂਡੇ ਦਾ ਫੁੱਲ ਹੋਣਾ ਥੋੜਾ ਸਖਤ ਹੁੰਦਾ, ਉਹਨਾਂ ਦੀ ਅੱਖ ਤੇ ਵੱਜਿਆ ਤੇ ਫਿਰ ਅੱਖ ਸੁੱਜੀ। ਅੱਖ ਸੁੱਜਣ ਤੋਂ ਬਾਅਦ ਉਹਨਾਂ ਕਿਹਾ ਚਲੋ ਵਾਪਸ ਚੱਲਦੇ ਹਾਂ, ਕੱਲ ਤੋਂ ਆਪਾਂ ਆਪਣੀ ਨਿਯਮ ਜਾਰੀ ਰੱਖਾਂਗੇ। ਇਸ ਕਰਕੇ ਫੁੱਲ ਵੀ ਕਿਸੇ ਵੇਲੇ ਜਿਹੜੇ ਨੇ ਉਹ ਮੁਸੀਬਤ ਬਣ ਜਾਂਦੇ, ਤੇ ਉਹਨਾਂ ਵਾਸਤੇ ਫੁੱਲ ਮੁਸੀਬਤ ਬਣ ਗਿਆ ਜੀ। ਜਿਨ੍ਹਾਂ ਦੀ ਵਰਖਾ ਛੱਡੇ ਕਹਿ ਕੇ ਕਰਵਾਈ ਹੋਊਗੀ ਜਾਂ ਵੈਸੇ ਲੋਕਾਂ ਨੇ ਕੀਤੀ ਹੋਈ ਤੇ ਉਹ ਜਾਣਦੇ ਹੋਣਗੇ। ਇਸ ਕਰਕੇ ਸੱਜਣਾਂ ਨੇ ਫੁੱਲ ਮਾਰਿਆ
ਸਾਡੀ ਰੂਹ ਅੰਮ੍ਰਿਤ ਸਜਾਈ। ਅੱਛਾ, ਪਰ ਫਿਰ ਜਿਵੇਂ ਉਹ ਫਿਰ ਘੜਿਆ ਨਹੀਂ, ਕੈਮਰੇ ਤਾਂ ਸਾਰੇ ਪਾਸੇ ਹੋਣੇ ਆ, ਤੁਹਾਨੂੰ ਪਤਾ ਇੱਕ ਜਵਾਬ ਜਾਂ ਸਵਾਲ ਜਵਾਬ ਕਰਨ ਵਾਲੇ ਨੂੰ ਕਿਵੇਂ ਸਿਕਿਉਰਿਟੀ ਵਾਲੇ ਧੂਕੇ ਲੈ ਗਏ ਸੀ ਗਲੀ 'ਚ, ਹੈ ਜੀ, ਵਿਚਾਰਿਆ ਪਿੱਛੋਂ ਵੱਧਾ ਨੰਗਾ ਹੋ ਗਿਆ, ਪੈਂਟ ਉਹਦੀ ਢਲਕ ਗਈ, ਇਹੋ ਜਿਹੇ ਨੂੰ ਫਿਰ ਲਾ ਲਿਆ ਹੋਣਾ ਜੇਸੀਬੀ 'ਚੋਂ, ਫਿਰ ਕਹਿੰਦੇ ਨੇ ਆ ਜਾ ਮਿੱਤਰਾਂ ਨੇ ਕੌਣ ਮਾਰ ਗਿਆ ਉੱਥੇ ਤੇ ਇੰਨੀ ਧੂੜ ਹੀ ਫੁੱਲਾਂ ਦੀ, ਇੰਨੀ ਧੂੜ ਸੀ ਪਤਾ ਨੀ ਤੈਨੂੰ ਆਇਆ ਤੇ ਫੁੱਲਾਂ ਦੀ ਧੂੜ ਸੀਗੀ, ਆਮ ਤੌਰ ਤੇ ਫੁੱਲਾਂ ਦੀ ਧੂੜ ਨੀ, ਫੁੱਲਾਂ ਦੀ ਵਰਖਾ ਹੁੰਦੀ ਹੈ ਜਿਹੜੇ ਹੁਣ ਫੁੱਲ ਕੀਤੇ ਜਾਂਦੇ ਧੂੜ ਚ ਕੀਤੇ ਜਾ ਰਹੇ, ਤੁਸੀਂ ਵੇਖੋ ਨਾ ਜਿਵੇਂ ਜੇਸੀ ਮਸ਼ੀਨ ਤੋਂ ਸੁੱਟਦੇ ਤੇ ਫੁੱਲ ਕਿੱਦਾਂ ਪੜਨ ਦੀਆਂ ਪਹਿਲਾਂ ਸੁੱਟ ਜਾਂਦੇ ਉੱਤੇ, ਤੇ ਫਿਰ ਆਖਿਰਕਾਰ ਗੈਂਡੇ ਦਾ ਫੁੱਲ, ਜੇ ਗੁਲਾਬ ਦਾ ਫੁੱਲ ਹੈ ਤਾਂ ਵੱਖਰੀ ਗੱਲ ਹੈ, ਗੈਂਡੇ ਦੇ ਕੋਲ ਥੋੜਾ ਸਖ਼ਤ ਹੁੰਦਾ, ਇਸ ਕਰਕੇ ਉਹਨਾਂ ਨੇ ਕੀ ਕਰਨਾ ਸੀ, ਫੜਨਾ ਦੀ ਕੀ ਨਹੀਂ ਸੀ ਫੜਨਾ ਸੀ, ਉਹਨਾਂ ਨੇ ਕਹਿਣਾ ਜੀ ਮੈਂ ਤੇ ਪਿਆਰ ਨਾਲ ਮਾਰਿਆ, ਜ਼ਿਆਦਾ ਵਧੀਆ ਮੈਂ ਕੀ ਕਰ ਸਕਦਾ, ਬਿਲਕੁਲ ਸਿਆਣੀ ਗੱਲ ਹੈ ਜੀ, ਜੀ ਜੀ ਇਹ ਤਾਂ ਕੋਈ, ਇਹ ਤਾਂ ਹੋਈ ਗੱਲ ਫੁੱਲ ਦੀ, ਤੇ ਕਹਿੰਦੇ ਉਧਰ ਸਵਾਤੀ ਮਾਲੀਵਾਲ ਨੂੰ ਵੀ ਫੁੱਲ ਹਾਰ ਪਾਤੇ, ਤੇ ਭਾਜਪਾ ਜੀ ਕਹਿੰਦੇ ਉਹ ਮੁੱਦਾ ਬਣਾ ਲਿਆ, ਨਗਰ ਨਿਗਮ ਦੀ ਕਾਰਵਾਈ ਨਹੀਂ ਚੱਲਣ ਦਿੱਤੀ। ਵੇਖੋ ਸਵਾਤੀ ਬਾਗ ਵੀ ਜਿਹੜੇ ਮਾਮਲਾ ਨਾ ਜੀ, ਸਵਾਤੀ ਮਾਲਵਾਈ ਜਿਹੜੀ ਹੈਗੀ ਹੈ ਮਾਲੀਵਾਲ, ਉਹਦੇ ਮਨ ਚ ਕੀ ਹੈ ਇਹ ਤਾਂ ਉਹੀ ਜਾਣਦੀ ਹੈ, ਲੇਕਿਨ ਜਿਸ ਤਰੀਕੇ ਨਾਲ ਉਹਨੇ ਇਹਨੂੰ ਪੇਸ਼ ਕੀਤਾ, ਜਿਸ ਤਰੀਕੇ ਨੇ ਕਿਹਾ, ਉਹਨੇ ਬਕਾਇਦਾ ਤੌਰ ਤੇ ਉਹਦੇ ਵਿੱਚ ਕੇਜਰੀਵਾਲ ਨੂੰ ਵੀ ਘੇਰਿਆ ਵਾ, ਉਹ ਤਾਂ ਘਿਰਨਾ ਹੀ ਹੈ ਜੀ, ਉਹ ਕਹਿੰਦੀ ਆ ਕਿ ਕੇਜਰੀਵਾਲ ਦੇ ਘਰ ਜਿਹੜੀ ਸੀ ਮੀਟਿੰਗ ਸੀ, ਉਹਦੇ ਚ MLA ਸੀ, MP ਸੀ, ਸਾਰੇ ਇਕੱਠੇ ਕੀਤੇ ਗਏ ਸੀ, ਇਹਨਾਂ ਦੇ ਮੇਰੇ ਖਿਆਲ ਚੋਂ 60 ਕੁ ਲਗਭਗ MP ਨੇ, MLA ਨੇ, ਤੇ 10 ਕੀ ਇਹਨਾਂ ਦੇ ਆਪਣੇ ਹੈਗੇ ਨੇ MP ਨੇ ਜੀ, ਉਹਨਾਂ ਦੀ ਮੀਟਿੰਗ ਕੇਜਰੀਵਾਲ ਦੀ ਸਰਕਾਰੀ ਕੋਠੀ ਤੇ ਮੀਟਿੰਗ ਕਰ ਰਹੇ ਸੀ, ਮੀਟਿੰਗ ਦੇ ਵਿੱਚ ਜਿਹੜਾ ਸੀ ਉਹਨਾਂ ਦੇ ਜਿਹੜੇ PA ਸੀ, ਇੱਕ ਜਿਹੜਾ ਫੋਟੋਗ੍ਰਾਫਰ ਤੋਂ PA ਬਣਿਆ ਸੀ, ਉਹਨੇ ਇਹਦੀ ਕੁੱਟਮਾਰ ਕੀਤੀ, ਉਹ ਇਹ ਗੱਲ ਕਹਿੰਦੀ ਹੈ। ਉਹ ਬੀਬੀ ਉੱਥੋਂ ਫੋਨ ਕਰਦੀ ਹੈ ਕੰਟਰੋਲ ਰੂਮ ਨੂੰ, ਕੰਟਰੋਲ ਰੂਮ ਤੇ PCR ਵਾਲੇ ਹੁੰਦੇ, PCR ਦੀ ਕੀ ਜ਼ਰੂਰਤ ਵੀ ਫਿਜ਼ੀਅਮ ਦੇ ਘਰ ਚ ਤਾਂ ਦਾਖਲ ਹੋ ਜਾਏ, ਬਣ ਦੇ ਦੇਣਗੇ ਅਗਲੇ। ਉਦੋਂ ਫਿਰ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਬੀਬੀ ਜੀ ਕੋਈ ਗੱਲ ਨੀ, ਜਿਹੜੀ ਗੱਲ ਹੈਗੀ ਆਪਾਂ ਬੈਠ ਕੇ ਨਿਬੇੜ ਲੈਂਦੇ, ਲੇਕਿਨ ਉਹ PCR ਨੂੰ ਸ਼ਿਕਾਇਤ ਇਹੀ ਕਰਦੀ ਵੀ ਕੇਜਰੀਵਾਲ ਦੇ ਇਸ਼ਾਰੇ ਤੇ ਮੇਰੇ ਤੇ ਹਮਲਾ ਹੋਇਆ। ਉਸ ਤੋਂ ਬਾਅਦ ਥਾਣੇ ਵੀ ਜਾਂਦੀ, ਬਾਹਰ ਨਿਕਲ ਕੇ ਜਾਂਦੋ, ਥਾਣੇ ਜਾ ਕੇ ਫਿਰ ਕਿਸੇ ਦਾ ਫੋਨ ਆਉਂਦਾ ਜਾਂ ਕੁਛ ਆਉਂਦਾ, ਕਹਿੰਦੀ ਜੇ ਦੁਬਾਰਾ ਆਊਗੀ ਤਾਂ ਮੁੜ ਕੇ ਉਹ ਗਾਇਬ ਹੋ ਜਾਂਦੀ। ਅੱਛਾ ਜੀ, ਉਹ ਜੇ ਤੱਕ ਨੀ ਮਿਲਦੀ ਉੱਥੇ ਵੀ ਕਿੱਥੇ ਕਿੱਥੇ ਨੀ, ਕਿੱਥੇ ਹੋ ਸਕਦਾ ਕੋਈ ਧਮਕੀ ਦਿੱਤੀ ਜਾਂ ਗੱਲ ਕੀਤੀ, ਕਿ ਹੁਣ ਵੇਖੋ ਉਹ ਬਣ ਗਈ ਆ ਰਾਜ ਸਭਾ ਮੈਂਬਰ, ਪਹਿਲਾਂ ਉਹ ਸਵਾਤੀ ਮਾਲੀਵਾਲ ਵੇਖੋ ਰਾਤ ਦੇ 12 ਵਜੇ ਘਰੋਂ ਨਿਕਲ ਕੇ ਸੜਕਾਂ ਤੇ ਵੇਖਦੀ ਸੀ, ਕਿਸੇ ਔਰਤ ਨਾਲ ਜਾਇਜ਼ਤੀ ਤੇ ਨੀ ਹੁੰਦੀ, ਬਿਲਕੁਲ ਨੀ, ਜੇ ਕਿਤੇ ਔਰਤ ਕੋਈ ਮਿਲ ਜਾਂਦੀ ਸੀ ਇਹਦੀ ਜਾਇਜ਼ਤੀ ਵਾਲੀ, ਤੇ ਉਹਦੀ ਪੂਰੀ ਖਬਰ ਸੁੱਕ ਲੈਂਦੀ ਸੀ, ਉਹਨੂੰ ਟਿਕਾਣੇ ਪਹੁੰਚਾਉਂਦੀ ਸੀ, ਆਪਣੇ ਸਿਕਿਉਰਿਟੀ ਗੈਨ ਮੈਨ ਨਾਲ ਲੈ ਕੇ ਜਾਂਦੀ ਸੀ, ਕਈ ਵਾਰੀ ਉਹਨਾਂ ਨੂੰ ਜਾਇਜ਼ਤੀ ਹੋਈ ਹੈ, ਇੰਨੀ ਕੁ ਦਲੇਰ ਜਨਾਨੀ ਸੀ, ਕੋਈ ਵੀ ਬਿਆਨ ਹੁੰਦਾ ਸੀ ਨਾ ਸਭ ਤੋਂ ਪਹਿਲਾਂ ਬਿਆਨ ਦਿੰਦੀ ਹੁੰਦੀ ਸੀ ਕੇਜਰੀਵਾਲ ਦੇ ਹੱਕ ਦੇ ਵਿੱਚ, ਜਦੋਂ ਕੇਜਰੀਵਾਲ ਜੇਲ੍ਹ ਜਾਂਦੇ ਆ ਇਹ ਵਿਦੇਸ਼ ਗਏ ਸੀ, ਤੇ ਵਿਦੇਸ਼ ਤੋਂ ਵਾਪਸ ਆ ਜਾਂਦੀ ਉੱਥੋਂ, ਸ਼ਾਇਦ ਮੇਰਾ ਖਿਆਲ ਨੀ ਮਿਲ ਕੇ ਵੀ ਆਈ ਜ਼ਰੂਰ ਆਈ ਉਹਨਾਂ ਨੂੰ, ਲੇਕਿਨ ਇਹ ਉਹਦੇ ਤੋਂ ਇਲਜ਼ਾਮ ਲਾਉਣਾ ਵੀ ਕੇਜਰੀਵਾਲ ਦੇ ਇਸ਼ਾਰਿਆਂ ਤੇ ਮੇਰੇ ਤੇ ਜੇ ਅਟੈਕ ਹੋਇਆ ਵਾ, ਇਹ ਬੜਾ ਸੀਰੀਅਸ ਇਲਜ਼ਾਮ ਹੈ ਜੀ, ਮਾਮਲਾ ਖਤਰਨਾਕ ਹੈ, ਉਹ ਜੇ ਮਾਮਲਾ ਪਰਚਾ ਦਰਜ ਹੋ ਜਾਂਦਾ ਵਾ ਬਕਾਇਦਾ ਤੌਰ ਤੇ ਚੱਲ ਜਾਂਦਾ, ਤੇ ਕੇਜਰੀਵਾਲ ਦੀ ਬੇਲ ਵੀ ਰੱਦ ਹੋ ਸਕਦੀ ਹੈ, ਬਿਲਕੁਲ ਕਿਉਂ ਨੀ ਹੋ ਸਕਦੀ, ਲੇਕਿਨ ਹੁਣ ਤੱਕ ਅਜੇ ਤੱਕ ਉਹ ਬੇਲ ਜਿਹੜਾ ਵਾ ਮਾਮਲਾ ਜਿਹੜਾ ਵਾ ਦਰਜ ਨੀ ਕੀਤਾ ਗਿਆ, ਕਿਉਂਕਿ ਉਹ ਗਈ ਜ਼ਰੂਰ ਥਾਣੇ, ਲੇਕਿਨ ਖਾਣੇ ਆਪਣੀ ਕੰਪਲੇਂਟ ਦਰਜ ਕਰਾ ਕੇ ਨੀ ਆਈ, ਉੱਥੋਂ ਵਾਪਸ ਮੁੜ ਆਈ ਹੈ, ਲੇਕਿਨ ਉਸ ਤੋਂ ਬਾਅਦ ਗਾਇਬ ਆ ਜੀ, ਤੇ ਬਕਾਇਦਾ ਤੌਰ ਤੇ 46 ਅਪ੍ਰੈਲ ਜਿਹੜਾ ਮੇਅਰ ਆ ਦਿੱਲੀ ਦਾ, ਅੱਜ ਇਹਨਾਂ ਨੇ ਮੀਟਿੰਗ ਰੱਖੀ ਉੱਥੇ ਆਪਣਾ ਹਾਊਸ ਸੀ ਇਹਨਾਂ ਦਾ ਜੀ, ਉੱਥੋਂ ਵਿਰੋਧੀ ਧਿਰ ਨੇ ਹਾਊਸ ਚੱਲਣੇ ਦਿੱਤਾ,
ਸਾਡੇ ਤੋਂ ਵੱਡਾ ਲੋਕਤੰਤਰ ਕੋਈ ਨੀ ਹੈਗਾ ਤੇ ਤੁਹਾਡੇ ਰਾਜੇ ਉਹਨਾਂ ਹਾਊਸ ਚੱਲਣ ਦਿੱਤਾ ਬੀਜੇਪੀ ਵਾਲਿਆਂ। ਠੀਕ ਹੈ ਜੀ, ਹੁਣ ਵੇਖੋ ਆਉਣ ਵਾਲੇ ਦਿਨਾਂ ਚ ਕਿੰਨੇ ਦਿਨ ਹਾਊਸ ਹੀ ਚੱਲਦਾ ਕੀ ਹੁੰਦਾ ਕੀ ਨੀ ਹੁੰਦਾ। ਲੇਕਿਨ ਹਾਲ ਦੀ ਕਿਹੜੀ ਸਵਾਤੀ ਮਾਲਵੇ ਜਿਹੜਾ ਮਾਲਾ ਦਾ ਮੁੱਦਾ ਨਾ ਉਹ ਇੱਕ ਗਲੇ ਦੀ ਹੱਡੀ ਬਣ ਗਿਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ। ਚਲੋ ਇੱਧਰ ਉਹ ਬਣ ਗਿਆ ਜੀ ਤੇ ਇਹਦਾ ਤੁਸੀਂ ਜ਼ਮਾਨਤ ਰੱਦ ਕਰਨ ਦੀ ਗੱਲ ਕੀਤੀ ਸੀ ਪਰ ਕਹਿੰਦੇ ਪਟੀਸ਼ਨ ਇੱਕ ਖਾਰਜ ਹੋ ਗਈ ਹੈ ਕੇਜਰੀਵਾਲ ਨਾਲ ਸੰਬੰਧਿਤ। ਨਹੀਂ ਕੇਜਰੀਵਾਲ ਸਾਹਿਬ ਦੀ ਪਟੀਸ਼ਨ ਵੇਖੋ ਥੱਲੇ ਵੀ ਪਈ ਉੱਪਰ ਵੀ ਪਈ ਲੋਅਰ ਸੈਸ਼ਨ ਜੇ ਤੋਂ ਲੈ ਕੇ ਹਾਈ ਕੋਰਟ ਫਿਰ ਸੁਪਰੀਮ ਕੋਰਟ ਸਾਰੀਆਂ ਕੋਰਟਾਂ ਨੇ ਬਕਾਇਦਾ ਤੌਰ ਤੇ ਇਹਨਾਂ ਦੀ ਪਟੀਸ਼ਨ ਖਾਰਜ ਕਰਤੀ ਤੇ ਹਾਈ ਕੋਰਟ ਨੇ ਇੱਕ ਨੂੰ ਜੁਰਮਾਨਾ ਵੀ ਕਰਤਾ ਸੀ 1,00,000 ਰੁਪਏ ਤੁਸੀਂ ਬਾਰ ਬਾਰ ਪਟੀਸ਼ਨ ਲੈ ਕੇ ਕਿਉਂ ਆ ਰਹੇ ਹੋ। ਤੇ ਸੁਪਰੀਮ ਕੋਰਟ ਚ ਪਟੀਸ਼ਨ ਗਈ ਸੀ ਵੀ ਕੇਜਰੀਵਾਲ ਜਿਹੜਾ ਤੁਰੰਤ ਅਸਤੀਫਾ ਦੇਵੇ ਕਿਉਂਕਿ ਉਹ ਜੇਲ੍ਹ ਚ ਬੈਠਾ ਵਾ ਹੁਣ ਤੇ ਬੇਲ ਮਿਲੀ ਜੇਲ੍ਹ ਚ ਬੈਠਾ ਜੇਲ੍ਹ ਚ ਬਹਿ ਕੇ ਸਰਕਾਰ ਕਿਵੇਂ ਚਲਾਉ ਜੀ। ਹਾਈ ਕੋਰਟ ਵੀ ਕਹਿ ਚੁੱਕੀ ਆ ਔਰ ਸੁਪਰੀਮ ਕੋਰਟ ਨੇ ਵੀ ਇਸੇ ਕਰਕੇ ਖਾਰਜ ਕੀਤੀ ਹੈ ਵੀ ਭਾਈ ਸਾਡੇ ਕੋਲੇ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ। ਭਾਰਤੀ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਜਿਹੜਾ ਬੰਦਾ ਜੇਲ੍ਹ ਚ ਲੈ ਗਿਆ ਉਹ ਉੱਥੋਂ ਅਸਤੀਫਾ ਦੇ ਕੇ ਜਾਵੇ। ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਵਾ ਤੇ ਉਹ ਪਟੀਸ਼ਨ ਖਾਰਜ ਕਰਕੇ ਤੇ ਉਹਨੂੰ ਰਾਹ ਦਿੱਤੀ ਆ ਤੇ ਬਣਦਾ ਵੀ ਇਹੋ ਸੀ। ਪਹਿਲਾਂ ਵੀ ਜੇ ਸਾਰੇ ਜੱਜ ਕਹਿ ਚੁੱਕੇ ਨੇ 4-5 ਪਟੀਸ਼ਨ ਪਹਿਲਾਂ ਪਈਆਂ ਸੀ ਉਹਨਾਂ ਵੀ ਕਿਹਾ ਤਾ ਸੀ ਭਾਈ ਇਹ ਸਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਕਿਉਂਕਿ ਲੋਕਤੰਤਰ ਜਾਓ ਲੋਕ ਸਭਾ ਜਾਓ ਇਹ ਪੋਲੀਟੀਕਲ ਤੌਰ ਤੇ ਮੁੱਦਾ ਉੱਥੋਂ ਮੈਨੇਜਮੈਂਟ ਕਰਾਓ ਅਸੀਂ ਕਰ ਦਿਆਂਗੇ ਫਿਰ। ਇਸ ਕਰਕੇ ਉਸ ਕੇਸ ਦੇ ਵਿੱਚੋਂ ਕੇਜਰੀਵਾਲ ਸਾਹਿਬ ਨੂੰ ਰਾਹਤ ਜ਼ਰੂਰ ਮਿਲੀ ਹੈ ਜੀ। ਜੀ ਅੱਛਾ, ਇੱਕ ਕੱਲ ਇੱਥੇ ਬਠਿੰਡੇ ਦੇ ਵਿੱਚ ਪਰਮਪਾਲ ਦਾ ਕਾਗਜ਼ ਭਰਨੇ ਸੀਗੇ ਇਕੱਠ ਹੋਇਆ ਇਹਨਾਂ ਦੇ ਬੜੇ ਚਰਚਿਤ ਐਂਡ ਕੰਟਰੋਵਰਸ਼ੀਅਲ ਲੀਡਰ ਨੇ ਬੀਜੇਪੀ ਦੇ ਹਰਜੀਤ ਸਿੰਘ ਗਰੇਵਾਲ ਹੋਰੀ। ਉਹਨਾਂ ਨੇ ਬੜਾ ਸਿੱਧਾ ਧਮਾਕੇਦਾਰ ਕੰਮ ਘੇਰਿਆ, ਕਹਿੰਦੇ ਵੱਡੇ ਪੰਥਕ ਕਹਾਉਣ ਵਾਲੇ ਨਾ ਤਾਂ ਜਥੇਦਾਰ ਗੁਰਦੇਵ ਸਿੰਘ ਕਿਉਂਕਿ ਜਿਨ੍ਹਾਂ ਦੇ ਸਾਡੇ ਕਹਿੰਦਾ ਇੱਕ ਸਿਰਮੌਰ ਲੀਡਰ ਹੁੰਦੇ ਨੇ ਜਥੇਦਾਰ ਜਿਹੜੇ ਅਕਾਲ ਤਖ਼ਤ ਦੇ ਸਾਡੇ ਪੰਥਕ ਲੀਡਰ ਹੁੰਦੇ ਨੇ ਜੀ, ਭਾਵੇਂ ਵਿਅਕਤੀ ਜਿਹੜਾ ਮਰਜ਼ੀ ਬੈਠਾ ਹੋਵੇ ਪਰ ਜਿਹੜਾ ਮਾਨ ਸਨਮਾਨ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਨਹੀਂ। ਅਤੇ ਕਹਿੰਦਾ ਪੰਥਕ ਸਰਕਾਰ ਨੇ ਕਹਿੰਦਾ ਕੌਂਕੇ ਸਾਹਿਬ ਨੂੰ ਇਨਸਾਫ਼ ਨਹੀਂ ਦਵਾਇਆ, ਬੇਅਦਬੀ ਭੁੱਲ ਗਈ ਹੈ, ਬੇਅਦਬੀ ਦੇ ਉੱਤੇ ਸਿਆਸਤ ਹੋਈ ਹੈ। ਕਹਿੰਦਾ ਪੰਥਕ ਕਾਰਡ ਖੇਡਿਆ ਜੀ ਬੀਜੇਪੀ ਨੇ ਪੰਜਾਬ ਦੇ ਵਿੱਚ ਅਤੇ ਪਹਿਲੀ ਵਾਰੀ ਹਰਸਿਮਰਤ ਦੇ ਉੱਤੇ ਜਿਹੜੇ ਆ ਕਰਪਸ਼ਨ ਦੇ ਚਾਰਜਿਸ ਲਾਏ ਆ ਕਿ ਅਡਾਨੀਆਂ ਨਾਲ ਹਿੱਸਾ ਪਾ ਕੇ ਇਹਨੇ ਪੰਜਾਬ ਦੇ ਬਾਹਰ ਜਿਹੜਾ ਹਿਮਾਚਲ 'ਚ ਸਾਈਲੋ ਖੋਲ੍ਹੇ ਨੇ। ਦੇਖੋ ਇੱਕ ਦੋਸ਼ ਲਾਉਣੇ ਤੇ ਦੋਸ਼ ਸਾਬਿਤ ਕਰਨੇ ਬੜਾ ਫਰਕ ਹੁੰਦਾ ਜੀ। ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖੋ ਜਿਹੜੇ ਤੁਹਾਡੀ ਲੰਬੀ ਹਲਕਾ ਵਾ ਉਹਦੇ ਚ ਬਹੁਤੀ ਉਸਲ ਪੁਥਲ ਨਹੀਂ ਹੈਗੀ, ਜੋ ਹੈਗਾ ਸਭ ਨੂੰ ਪਤਾ ਹੀ ਹੈ। ਤੇ ਸਰਦੂਲਗੜ੍ਹ ਦੇ ਵਿੱਚ ਅਕਾਲੀ ਦਲ ਤੇ ਆਪਦਾ ਤੇ ਮਾਨਸਾ ਦੇ ਕਾਂਗਰਸ ਤੇ ਅਕਾਲੀ ਦਲ ਤੇ ਮੌੜ ਦੇ ਵਿੱਚ ਕਾਂਗਰਸ ਤੇ ਬੀਜੇਪੀ ਦੇ ਆਪਦਾ ਜੋਰ, ਤਿੰਨਾਂ ਦਾ ਜੋਰ ਉੱਚੇਗਾ ਜੀ ਜੀ। ਭੁੱਚੋ ਮੰਡੀ ਚ ਅਕਾਲੀ ਕਾਂਗਰਸ ਤੇ ਤਲਵੰਡੀ ਸਾਹਿਬ ਉਹਦੇ ਚ ਆਪ ਤੇ ਅਕਾਲੀ ਦਲ ਤੇ ਕਾਂਗਰਸ ਦੀ ਟੱਕਰ ਆ। ਹਾਂਜੀ, ਕਾਂਗਰਸ ਲਗਭਗ ਸਭ ਜਗ੍ਹਾ ਹੀ ਹੈਗੀ, ਬਠਿੰਡਾ ਸ਼ਹਿਰੀ ਜਿਹੜੀ ਆਪ ਤੇ ਅਕਾਲੀ ਦਲ ਚ ਮੁਕਾਬਲਾ ਤੇ ਜਿੱਥੇ ਹਿੰਦੂ ਵੋਟ ਜਿਹੜੇ ਉਹਨੇ ਵੱਟਣ ਦੀ ਗੱਲ ਆ ਤੇ ਬਠਿੰਡਾ ਪੂਰਵੀ ਜਿਲ੍ਹਾ ਵਾ ਜ਼ਿਆਦਾਤਰ ਤੇ ਜ਼ਿਲ੍ਹਾ ਵਾ ਉਹ ਆਮ ਆਦਮੀ ਆਪਣੀ ਬੀਜੇਪੀ ਜਿਹੜਾ ਆਪਣਾ ਪੱਖ ਰੱਖਦੀ ਹੈ, ਨਾਲ ਉੱਥੇ ਕਾਂਗਰਸ ਵੀ ਹੈ ਤੇ ਨਾਲ ਅਕਾਲੀ ਦਲ ਵੀ ਹੈਗਾ। ਸਰਦੂਲਗੜ੍ਹ ਜਿਹੜਾ ਉਹ ਤੇ ਟਿੱਬਾ ਨਹਿਰੀ ਜਿਹੜੇ ਸਿੰਘਾਂ ਵਾਲਾ
ਉੱਥੇ ਇਹਨਾਂ ਦੇ ਵਿੱਚ ਜਿਹੜੇ ਬਠਿੰਡਾ ਗ੍ਰਾਹਮਣ ਉੱਥੇ ਵੋਟ ਜਿਹੜਾ ਇਹਨਾਂ ਆਪਣੇ ਸਾਰਿਆਂ ਦਾ ਲਗਭਗ ਬਰਾਬਰ ਦੀ ਟੱਕਰ ਚੱਲਣ ਰਹੀ ਹੈ ਜੀ। ਬੁਢਲਾਡਾ ਦੇ ਵਿੱਚ ਵੀ ਨਜ਼ਾਰਾ ਏਦਾਂ ਦਾ ਹੀ ਟੱਕਰ ਚੱਲਦਾ। ਇਸ ਕਰਕੇ ਜਿਹੜੇ ਨੌ ਹਲਕੇ ਤੁਹਾਡੀ ਗੱਲ ਠੀਕ, ਲੇਕਿਨ ਹਰਜੀਤ ਸਿੰਘ ਗਰੇਵਾਲ ਇੱਕ ਜਵਾਬ ਜ਼ਰੂਰ ਦੇ ਦੇ। ਗੁਰਦੇਵ ਸਿੰਘ ਕੌਂਕੇ ਦਾ ਕੋਈ ਮਾਮਲਾ ਨਵਾਂ ਨਹੀਂ ਹੈਗਾ ਜੀ। ਗੁਰਦੇਵ ਸਿੰਘ ਕੌਂਕੇ ਦੇ ਬਾਅਦ ਤਿੰਨ ਵਾਰੀ ਸਰਕਾਰ ਬਣੀ ਇਹਨਾਂ ਦੀ, ਇੱਕ ਵਾਰੀ ਤਿੰਨ ਵਾਰੀ ਸਰਕਾਰ ਬਣੀ। ਇਹ ਵਿੱਚ ਹਿੱਸੇਦਾਰ ਸੀ, ਪਹਿਲਾਂ ਇਹ ਜਵਾਬ ਦੇ ਦੇਣ ਵੀ ਇਹਨਾਂ ਨੇ ਉੱਥੇ ਕੀ ਕੀਤਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਾਂ ਹੋਰਾਂ ਦੇ ਦੋਸ਼ ਲਾਉਣ ਵੀ ਇਹਨਾਂ ਕੁਛ ਨਹੀਂ ਕੀਤਾ। ਉਹ ਤਾਂ ਫਿਰ ਉਹ ਤਾਂ ਸੁਖਬੀਰ ਸਿੰਘ ਬਾਦਲ ਵੀ ਕਹਿ ਗਿਆ ਕਿ ਬੇਅਦਬੀ ਕਰਾਉਣ ਵਾਲੇ ਨਾਲ ਇਹਨਾਂ ਦੀ ਗੰਢ ਤੋਪਾ, ਸਾਨੂੰ ਬਦਨਾਮੀ ਕਰਾਈ ਆ ਕਿਉਂਕਿ ਹੁਣ ਤਾਂ ਭਾਂਡੇ ਟਿੰਡੇ ਵੰਡੇ ਗਏ ਨਾ। ਵੇਖੋ ਸੁਖਰਾਜ ਸਿੰਘ ਨਿਆਮੀ ਵਾਲੇ ਨੇ ਕੀ ਕਿਹਾ, ਉਹਨੇ ਕਿਹਾ ਵੀ ਸਾਨੂੰ ਹੁਣ ਕੋਈ ਆਸ ਨਹੀਂ ਗੀ ਵੀ ਸਾਨੂੰ ਬੇਅਦਬੀ ਕਾਂਡ ਦੇ ਵਿੱਚ ਕੋਈ ਇਨਸਾਫ਼ ਮਿਲੂਗਾ। ਨਹੀਂ, ਬਿਲਕੁਲ ਸਿਆਣੀ ਗੱਲ ਕਹੀ। ਸਭ ਨੇ ਜਿਹੜੀ ਸੀ ਨੂੰ ਪੋਲੀਟੀਕਲ ਮੁੱਦਾ ਬਣਾ ਕੇ ਸਿਰਫ ਵੋਟਾਂ ਬਟੋਰਨ ਦਾ ਸਿਸਟਮ ਬਣਾ ਲਿਆ, ਬਾਕੀ ਕੁਛ ਨਹੀਂ ਹੈਗਾ। ਮੈਂ ਚਾਰ ਮਹੀਨੇ ਤੋਂ ਲਗਾਤਾਰ ਜਾ ਰਿਹਾ ਮੈਂ ਤਰੀਕਾਂ ਤੇ, ਫਰੀਦਕੋਟ ਤਰੀਕ ਪੈਂਦੀ ਵਾਪਸ ਆਈ, ਤਰੀਕ ਪੈਂਦੀ ਵਾਪਸ ਆਈ, ਗੱਲ ਚੱਲਦੀ ਕੋਈ ਨੀ ਅਗਲੇ ਪਾਸੇ ਕੋਈ ਵੀ। ਇਸ ਕਰਕੇ ਇਹ ਜਿਹੜੇ ਸਾਰੇ ਇੱਕ ਹਮਾਮ ਚ ਲੰਘੇ ਨੇ, ਭਾਵੇਂ ਉਹ ਬੀਜੇਪੀ ਵਾਲੇ ਹੋਣ ਤੇ ਭਾਵੇਂ ਅਕਾਲੀ ਹੋਣ ਤੇ ਭਾਵੇਂ ਕਾਂਗਰਸ ਭਾਵੇਂ ਆਪ ਵਾਲੇ ਹੋਣ। ਜਿਹੜੀ ਬੀਬੀ ਅਨਮੋਲ ਗਗਨ ਕਹਿੰਦੀ ਸੀ ਪੰਜਾਂ ਮਿੰਟਾਂ ਸਾਡੀ ਜਗ੍ਹਾ, ਪੰਜਾਂ ਮਿੰਟਾਂ ਚ MSP ਦਿਆਂਗੇ, ਅੱਜ ਕਿੰਨੇ ਸਾਲ ਹੋ ਗਏ, ਪੰਜ ਮਿੰਟ ਸਾਲ ਪੰਜ ਮਿੰਟ ਹੀ ਨਹੀਂ ਆਏ, 4 ਮਹੀਨਿਆਂ ਦੇ ਵਿੱਚ ਬੇਅਦਬੀ ਦਾ ਇਨਸਾਫ਼ ਮਿਲ ਜੂਗਾ, ਕਿੱਥੇ ਅੱਜ ਉਹ 4 ਮਹੀਨੇ ਚਲੇ ਗਏ। ਇੱਥੇ ਕਰਪਸ਼ਨ ਜਿਹੜਾ ਰਹਿ ਤੁਹਾਨੂੰ ਪ੍ਰਸ਼ਾਸਨ ਦਿਆਂਗੇ, ਇਹਨਾਂ ਦੇ ਆਪਣੇ ਮੰਤਰੀ ਤੇ ਇਲਜ਼ਾਮ ਲੱਗੇ ਨਾ, ਆਪ ਲਾਏ ਨੇ, ਫਰਾਰੀ ਦੇ ਲੱਗੇ ਨੇ, ਫਿਰ ਜਿਹੜਾ ਦੂਜਾ ਲੱਗਾ ਜਿਹੜਾ ਵੀਕੇ ਸਿੰਘ ਦਾ ਲੱਗੇ ਨੇ, ਇਹਨਾਂ ਆਪ ਲਾਏ ਸੀ ਨਾ ਇਹਨਾਂ ਤੇ, ਇਹਨਾਂ ਆਪ ਲਾਏ ਨੇ ਇਹਨਾਂ ਤੇ। ਜੀ ਜੀ ਜੀ, ਕਟਾਰੂ ਚੱਕ ਨੂੰ ਤੁਸੀਂ ਆਪ ਬਰੀ ਕਰ ਦਿੱਤਾ, ਸਾਰੇ ਛਰੇਆਮ ਲੱਗੇ ਇਲਜ਼ਾਮ ਲੱਗੇ ਉਹਦੇ, ਕੁਲਦੀਪ ਧਾਰੀਵਾਲ ਤੇ ਲੱਗੇ ਇਲਜ਼ਾਮ ਲੱਗੇ, ਮੀਤ ਹੇਰ ਤੇ ਕਿਤੇ ਇਲਜ਼ਾਮ ਨੀ ਲੱਗੇ ਇਹਦੇ। ਇਸ ਕਰਕੇ ਜਿਹੜੀਆਂ ਗੱਲਾਂ ਕਰਨੀਆਂ ਮੂੰਹ ਸੌਖੀਆਂ ਹੁੰਦੀਆਂ, ਉਹਨਾਂ ਨੂੰ ਜਿਹੜਾ ਅਮਲੀ ਜਾਮਾ ਪਹੁੰਚਾਉਣਾ ਬਹੁਤ ਔਖਾ ਹੁੰਦਾ। ਬਿਲਕੁਲ ਬਿਲਕੁਲ, ਇਹ ਤਾਂ ਪੁਰਾਣੀ ਕਹਾਵਤੀ, ਗੱਲਾਂ ਕਰਨੀਆਂ ਸਿਖਾਲੀਆਂ ਨੇ। ਬਿਲਕੁਲ ਬਿਲਕੁਲ ਬਿਲਕੁਲ, ਇਸ ਕਰਕੇ ਇਸ ਵੇਲੇ ਜਿਹੜੀ ਗੱਲ ਨਿਆਮੀ ਵਾਲੇ ਨੇ ਕਹੀ ਬਿਲਕੁਲ ਸਹੀ ਗੱਲ, ਵੀ ਸਾਰੇ ਇਹ ਹਮਾਮ ਲੰਘੇ ਆ, ਇਹਨਾਂ ਦੀ ਮਾਨਸਿਕਤਾ ਇੱਕੋ ਜਿਹੀ ਆ। ਸੋਚਿਆ ਸੀ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਆਊਗੀ ਤੇ ਸ਼ਾਇਦ ਕੁਛ ਨਾ ਕੁਛ ਸਾਨੂੰ ਜਿਹੜਾ ਵਾ ਰਾਹਤ ਮਿਲੂਗੀ ਇਹਨਾਂ ਗੱਲਾਂ ਤੋਂ, ਲੇਕਿਨ ਉਹ ਸਗੋਂ ਏਜੰਟ ਵੱਧ ਗਏ, ਸੌਦੇਬਾਜ਼ੀ ਵੱਧ ਗਈ, ਜਿਹੜਾ ਕੰਮ 1,000 ਰੁਪਏ ਚ ਹੁੰਦਾ ਸੀ ਉਹ 5,000 ਰੁਪਏ ਚ ਹੋਣ ਲੱਗ ਪਿਆ ਜੀ। ਇਸ ਕਰਕੇ ਇਹ ਸਿਸਟਮ ਆ, ਸਿਸਟਮ ਨੂੰ ਸੁਧਾਰਨਾ ਸੌਖਾ ਨਹੀਂ ਹੈਗਾ। ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੇਖੋ ਕਿੰਨੀਆਂ ਪੜਕਾਂ ਮਾਰਦੇ ਸੀ, ਪਰਮਪਾਲ ਨੂੰ ਅਸੀਂ ਕਰ ਦਿਆਂਗੇ ਜੀ, ਵੇਖੋ ਜਿਹੜਾ ਆਹ ਕਰ ਦਿਆਂਗੇ ਜੀ ਅਸੀਂ ਇਹਨੂੰ, ਇਹਦੇ ਸਾਰੇ ਜਿਹੜੇ ਪ੍ਰੋਡਿਊਸ ਬੰਦ ਕਰ ਦਿਆਂਗੇ ਅਸੀਂ, ਇਹਨੀ ਪ੍ਰੋਬਲਮ ਹੋ ਜੂ, ਕਿੰਨੇ ਕਿੰਨੇ ਇੱਕੋ ਦਬਕਾ ਵੱਜਾ ਕੇਂਦਰ ਤੋਂ, ਬੀਬੇ ਪੁੱਤ ਬਣ ਕੇ ਲਿਖ ਕੇ ਭੇਜਦਾ ਵੀ ਅਸੀਂ ਉਹਦਾ ਅਸਤੀਫਾ ਮਨਜ਼ੂਰ ਕਰ ਲਿਆ, ਤੇ ਜੇ ਬੈਕ ਹੀ ਮਾਰੇ ਤੇ ਕੀ ਫਾਇਦਾ। ਜਵਾਬ ਦਿਆ ਕਰੋ, ਆਪਾਂ ਕਈ ਵਾਰੀ ਇਸ ਮੰਚ ਤੋਂ ਕਿਹਾ ਵੀ ਵੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕੁਛ ਸਿੱਖੋ, ਉਹ ਜਦੋਂ ਕਿ ਇਹੋ ਜਿਹੀ ਚਰਚਾ ਚੱਲਦੀ 2 ਦਿਨ ਲੋਕਾਂ ਦਾ ਵੇਖਦੇ ਜੀ ਰਵੱਈਆ ਵੇਖਦੇ, ਉਦੋਂ ਬਾਅਦ ਆਪਣਾ ਬਿਆਨ ਦਿੰਦੇ ਸੀ, ਤੇ ਤੁਸੀਂ ਤੇ ਕਹਿੰਦੇ ਵੀ ਤਾਰਕ ਮੱਜਲ, ਮੈਂ ਕਿਸੇ ਦੀ ਗੱਲ ਮੂੰਹ ਨਿਕਲੀ ਤੇ ਮੈਂ ਪਹਿਲਾਂ ਮੈਂ ਪਿੱਛੇ ਨਾ ਰਹਿ ਜਾ,
ਇਸ ਕਰਕੇ ਤੁਸੀਂ ਇਹਨੂੰ ਜਿਹੜਾ ਪਖੰਡ ਨਾ ਬਣਾਓ। ਸਿਆਸਤ ਜਿਹੜੀ ਉਹ ਸੇਵਾ ਦਾ ਇੱਕ ਬੜਾ ਤਕੜਾ ਕੁੰਭ ਹੁੰਦਾ ਵਾ, ਇਹਨੂੰ ਤੁਸੀਂ ਮਖੌਲ ਬਣਾ ਲਿਆ ਬਗੈਰ ਤੌਰ ਤੇ। ਨਾਲੇ ਅਜੇ ਤੱਕ ਭਗਵੰਤ ਮਾਨ ਨੇ ਹਾਰ ਨੀ ਵੇਖੀ, ਜਦੋਂ ਹਾਰ ਵੇਖਣਗੇ ਨਾ ਇੱਕ ਵਾਰੀ ਤੇ ਜੇਬ ਕਤਰਿਆਂ ਵਾਂਗੂ ਇਹਨਾਂ ਨੂੰ ਅਦਾਲਤਾਂ ਦੇ ਬਾਰ ਵਾਜਾ ਪੈਣਗੇ ਵੀ ਫਲਾਣਾ ਸਿੰਘ ਹਾਜ਼ਰ ਹੋ, ਫਿਰ ਪਤਾ ਲੱਗੂ ਸੱਤਾ ਕੀ ਹੁੰਦੀ ਤੇ ਲੋਕ ਕੀ ਹੁੰਦੇ ਆ। ਇਹ ਪੱਟੀ ਸਾਹਿਬ ਮੈਨੂੰ ਮੈਨੂੰ ਤਾਂ ਲੱਗਦਾ ਜਿਹੜਾ ਸ਼ਰਾਬ ਕਾਂਡ ਜਾ ਨੀ ਹੋਇਆ, ਹਾਂਜੀ ਹਾਂਜੀ, ਉਹਦੇ ਵਾਂਗੂ ਪੰਜਾਬ ਦੇ ਵਿੱਚ ਅਨਾਜ ਕਾਂਡ ਹੋ ਜਾਣਾ ਹੁਣ। ਪੱਟੀ ਸਾਹਿਬ ਹੈਰਾਨ ਰਹਿ ਜਾਓਗੇ, 54 ਲੱਖ ਰੁਪਇਆ, 54 ਲੱਖ ਨੀ ਤੁਸੀਂ 55 ਲੱਖ ਹੀ ਲਾ ਲਓ, ਕੱਲੀਆਂ ਜਿਹੜੀਆਂ ਫੋਟੋਆਂ ਮੁੱਖ ਮੰਤਰੀ ਦੀਆਂ ਤਸਵੀਰ ਲੱਗਦੀ ਆ, 1 ਮਹੀਨੇ ਦਾ ਖਰਚਾ 55 ਲੱਖ ਰੁਪਇਆ। ਉਹ ਜਿਹੜੇ ਝੋਲੇ ਛਾਪਦੇ ਆ ਨਾ ਉੱਥੇ ਮੁੱਖ ਮੰਤਰੀ ਸਾਹਿਬ ਦੀ ਤਸਵੀਰ ਹੈ 1 ਮਹੀਨੇ ਦਾ, ਤੇ ਜਿਹੜੀਆਂ 4 ਕੰਪਨੀਆਂ ਹੈਗੀਆਂ ਜਿਹੜਾ ਆਟਾ ਪੀਣ ਵਾਲੀਆਂ ਨੇ ਰਾਸ਼ਨ, ਉਹ ਸਾਰੀਆਂ ਦਿੱਲੀ ਦੀਆਂ ਨੇ। ਬਿਲਕੁਲ ਜੀ ਬਿਲਕੁਲ, ਤੇ ਡਿਪੂ ਹੋਲਡਰਾਂ ਨੂੰ ਮੁਫਤ 'ਚ ਤੁਸੀਂ ਦੇਈ ਜਾਂਦੇ ਸੀ, ਇਹਨਾਂ ਦਾ ਜਿੰਨਾ ਤੁਹਾਡਾ ਫੋਟੋ ਵਾਲਾ ਖਰਚਾ ਇਹਨਾਂ ਤਾਂ ਸਾਰੇ ਡਿਪੂ, ਪੰਜਾਬ ਦੇ ਡਿਪੂ ਚੱਲੀ ਜਾਂਦੇ ਸੀ। ਆਟਾ ਪਿਆਉਣ ਦੇ ਤੁਸੀਂ ਆਪਦੀ ਫਾਰਮ ਤਿਆਰ ਕਰ ਲਈ, ਉਹਨੂੰ ਰਾਜ਼ੀ ਕਰ ਲਿਆ, ਵੰਡਣ ਵਾਲਾ ਤੁਸੀਂ ਕਰਤਾ, ਬੰਦੇ ਭਰਤੀ ਕਰ ਲਏ 3 ਬੰਦੇ ਦਿੱਲੀ ਵਾਲੇ, ਉਹਨਾਂ ਨੂੰ ਇੱਕ ਬੰਦੇ ਨੂੰ ਇੱਕ ਡਿਪੂ ਚਲਾਉਣ ਦਾ 63,500 ਰੁਪਈਆ ਖਰਚਾ ਜੀ, 628 ਜਿਹੜੇ ਨੇ ਡਿਪੂ ਨੇ, ਮੈਂ ਕੱਢਿਆ 3,98,78,000 ਰੁਪਈਆ 1 ਮਹੀਨੇ ਦਾ ਸਿਰਫ ਰਾਸ਼ਨ, ਜਿਹੜੇ ਉਹ 3 ਬੰਦੇ ਪ੍ਰਤੀ ਡਿਪੂ ਆ ਉਹਦਾ ਖਰਚਾ। ਦੱਸੋ 3,78,00,000, ਹੈਰਾਨ ਹੋ ਜਾਂਦੇ ਆ ਜਦੋਂ ਅੰਕੜੇ ਮੈਂ ਕੱਲ ਹਿਸਾਬ ਕਿਤਾਬ ਲਾਇਆ ਬੈਠੇ। ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਇਹ ਸਭ ਦਿੱਲੀ ਵਾਲੀ ਦੀ ਕੱਢਣ ਨੇ। ਹਾਂ ਹਾਂ ਹਾਂ, ਦਿੱਲੀ ਵਾਲਿਆਂ, ਤੁਹਾਨੂੰ ਇਹ ਵੀ ਪਤਾ ਹੋਏਗਾ ਡਾਕਟਰ ਗਾਂਧੀ ਨੇ ਆਪ ਕਿਉਂ ਛੱਡੀ ਸੀ। ਜਦੋਂ ਡਾਕਟਰ ਗਾਂਧੀ MP ਬਣ ਕੇ ਜਾਂਦੇ ਨੇ ਤੇ ਬਕਾਇਦਾ ਤੌਰ ਤੇ ਉਹਨਾਂ ਨੂੰ ਇੱਕ ਇੱਕ ਕਾਗਜ਼ ਲਿਖ ਕੇ ਦਿੱਤਾ ਜਾਂਦਾ ਵੀ ਤੁਸੀਂ ਜਾ ਕੇ ਉੱਥੇ ਆਹ ਬੋਲਣਾ, ਤੇ ਡਾਕਟਰ ਗਾਂਧੀ ਕਹਿੰਦੇ ਭਾਈ ਮੈਂ ਪੰਜਾਬ ਤੋਂ ਚੁਣ ਕੇ ਆਇਆ, ਜਿਹੜਾ ਤੁਸੀਂ ਕਾਗਜ਼ ਦਿੱਤਾ ਇਹ ਸਾਰਾ ਦਿੱਲੀ ਬਾਰੇ ਤੇ ਪੰਜਾਬ ਦਾ ਤਾਂ ਕੁਛ ਹੈ ਹੀ ਨਹੀਂ, ਕਹਿੰਦੇ ਲੱਲਾ ਕੱਖਾ ਹੀ ਨਹੀਂ ਪੰਜਾਬ ਦਾ। ਉਹ ਕਹਿੰਦੇ ਨਹੀਂ, ਜੋ ਤੁਹਾਨੂੰ ਹੁਕਮ ਕਰਤਾ ਵੱਡੇ ਸਾਹਿਬ ਨੇ ਕਰਨਾ ਹੁੰਦਾ, ਮੈਂ ਕਿ ਸਾਫ ਸੁਣੀ ਮੰਨਦਾ ਮੈਂ ਪੰਜਾਬ ਦੀ ਗੱਲ ਕਰੂੰਗਾ। ਉਹਨੇ ਆਪਣਾ 5 ਪੇਜ ਦਾ ਜਿਹੜਾ ਸੀ ਚੈਪਟਰ ਸਾਰਾ ਪੜ੍ਹਾ, ਚਿੱਠੀ ਪੜ੍ਹੀ ਸਾਰੀ ਵੀ ਸਾਡੀਆਂ ਪੰਜਾਬ ਦੀਆਂ ਇਹ ਡਿਮਾਂਡ ਨੇ, ਮੇਰੇ ਹਲਕ ਦੀਆਂ ਇਹ ਡਿਮਾਂਡ ਨੇ ਜੀ। 5 ਚਿੱਠੀਆਂ ਹੁਣ ਤੱਕ ਉਹਨਾਂ ਪ੍ਰਧਾਨ ਮੰਤਰੀ ਲਿਖੀਆਂ ਸੀ, 5 ਚਿੱਠੀਆਂ ਦੇ ਅੱਜ ਤੱਕ ਕੋਈ ਜਵਾਬ ਨਹੀਂ, ਤੇ ਮੋਦੀ ਨਾਲ ਉਹਨਾਂ ਦੇ ਬੜੇ ਚੰਗੇ ਸੰਬੰਧ ਸੀਗੇ। ਇਹਨਾਂ ਦੀ ਆਖੀ ਨੀ ਮੰਨੀ, ਇਹਨਾਂ ਨੇ ਇਹਨੂੰ ਢਿਬਰੀ ਟੈਡ ਕਰੀ ਸੀ, ਅਖੀਰ ਤੇ 2016 ਛੱਡ ਕੇ ਪਾਸੇ ਹੋ ਗਏ ਕਿ ਮੈਂ ਤੁਹਾਡੇ ਕੋਲ ਕਿਦਾਂ ਲੈਣਾ ਜੀ। ਪਰ ਇਹਨਾਂ ਦੇ ਵਿੱਚ ਇਹ ਜੁਰਤ ਨਹੀਂ ਸੀ ਕਿ ਉਹਨਾਂ ਨੂੰ ਪਾਰਟੀ ਚੋਂ ਕੱਢ ਕੇ ਅਸਤੀਫਾ ਲੈਂਦੇ ਉਹਨਾਂ ਕੋਲ, ਲੇਕਿਨ ਉਹ ਆਪਣਾ ਕੰਮ ਪੂਰਾ ਕੀਤਾ, ਉਹ ਖਿਲਾਫ਼ ਨੀ ਬੋਲੇ ਇਹਨਾਂ ਦੇ ਬਿਲਕੁਲ, ਉਹਨਾਂ ਪੰਜਾਬ ਦੀ ਗੱਲ ਕੀਤੀ ਆ, ਪਟਿਆਲੇ ਦੀ ਗੱਲ ਕੀਤੀ, ਆਪਣੇ ਹਲਕੇ ਦੀ ਗੱਲ ਕੀਤੀ ਜੀ। ਹੁਣ ਇਹ ਜਿਹੜੇ ਬੰਦੇ ਆਏ ਨੇ ਇਹ ਉਹਨਾਂ ਦਿੱਲੀ ਵਾਲਿਆਂ ਨੇ ਭੇਜੇ ਹੋਏ ਆ ਵੀ ਤੁਸੀਂ ਲੁੱਟੋ ਖਾਓ ਜੀ, ਖਾਓ ਪੀ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਨੀ ਪੁੱਛਦਾ। ਤੇ ਭਗਵੰਤ ਮਾਨ ਨੂੰ ਇੱਕੋ ਹੀ ਆ ਵੀ ਮੈਨੂੰ ਕੋਠੇ ਜਿੱਡੀਆਂ ਗੱਡੀਆਂ ਮਿਲੀਆਂ ਤੇ ਸਿਕਿਉਰਿਟੀ ਮਿਲੀ ਆ, ਉਹਦੇ ਨਾਲ ਮੈਂ ਨਜ਼ਾਰੇ ਲਈ ਚੱਲਾਂ ਬਸ, ਉਹਨਾਂ ਮੈਂ ਨਜ਼ਾਰੇ ਲਈ ਨਾ, ਬਾਕੀ ਪੰਜਾਬ ਪਵੇ ਟੱਠੇ ਕੁਝ, ਅੱਜ ਤੱਕ ਪੰਜਾਬ ਦਾ ਸਵਾਰਿਆ ਕੀ ਤੱਕ ਦੱਸੇ ਨਾ। ਕਹਿੰਦਾ ਜੀ ਵੇਖੋ ਵਿਦੇਸ਼ਾਂ ਚ ਲੋਕਾਂ ਇੱਥੇ ਕੰਮ, ਕਿਹੜਾ ਬੰਦਾ ਇੱਥੇ ਤੱਕ ਅੰਗਰੇਜ਼ ਆਇਆ ਕੋਈ ਇੱਥੇ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਪੋਲਿਸੀ ਇੰਪਲੀਮੈਂਟ ਹੋ ਰਹੀਆਂ ਦਿੱਲੀ ਦੀਆਂ ਹੋ ਰਹੀਆਂ ਨੇ, ਦਿੱਲੀ ਜੋ ਕਹਿੰਦਾ ਉਹੀ ਹੁੰਦੀ ਹੈ। ਭਗਵੰਤ ਮਾਨ ਨੂੰ ਬੜੀ ਆਸ ਸੀਗੀ, ਮੈਂ ਨੀ ਕਹਿ ਰਿਹਾ, ਬਕਾਇਦਾ ਤੌਰ
ਪ੍ਰਤਾਪ ਸਿੰਘ ਬਾਜਵਾ ਨੇ ਲੁਧਿਆਣੇ ਦੇ ਵਿੱਚ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਹਿਤਾ ਸੀ ਕਿ ਵੀ ਜਿਸ ਦਿਨ ਕੇਜਰੀਵਾਲ ਅੰਦਰ ਗਿਆ ਉਸ ਦਿਨ ਭਗਵੰਤ ਮਾਨ ਦੇ ਘਰ ਭੰਗੜੇ ਪਾਏ ਗਏ ਨੇ। ਉਹਨੇ ਕਿਹਾ ਜੀ ਪਾਏ ਗਿਆ ਕਿ ਨਹੀਂ ਪਾਏ ਗਏ ਸਾਨੂੰ ਨੀ ਪਤਾ, ਸਾਡੇ ਕੋਲ ਵੀਡੀਓ ਤਾਂ ਹੈ ਨਹੀਂ। ਭਗਵੰਤ ਮਾਨ ਨੂੰ ਇਹ ਆਸ ਸੀਗੀ ਵੀ ਭਾਈ ਇਸ ਤੋਂ ਵੱਧ ਮੈਂ ਹੀ ਬਕਾਇਦਾ ਤੌਰ ਤੇ ਸਰਵ ਸਰਵਾ ਹੋਊਂਗਾ, ਆਮ ਆਦਮੀ ਪਾਰਟੀ ਦਾ ਅਗਲੇ ਨੇ ਆਪਣੀ ਘਰ ਖੜੀ ਕਰਤੀ ਬਰਾਬਰ। ਅੱਜ ਵੀ ਤੁਸੀਂ ਜਿਹੜੇ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਗੱਲ ਪਹਿਲੇ ਨੰਬਰ ਤੇ ਕੇਜਰੀਵਾਲ, ਦੂਜੇ ਨੰਬਰ ਤੇ ਉਹਦੀ ਘਰਵਾਲੀ ਹੈ ਬਿਲਕੁਲ, ਚੌਥੇ ਪੰਜਵੇਂ ਨੰਬਰ ਹੈ ਮੁੱਖ ਮੰਤਰੀ ਦਾ ਨਾਮ ਮੁੜ ਕੇ। ਇਸ ਕਰਕੇ ਇਹਨਾਂ ਨੂੰ ਸਮਝਣਾ ਪਊ ਵੀ ਪੰਜਾਬ ਦੀ ਸਾਈਕੀ ਤੇ ਦਿੱਲੀ ਦੇ ਹਾਲਾਤ ਕੁਝ ਹੋਰ ਨੇ ਜੀ, ਤੇ ਜੇ ਨਹੀਂ ਸਮਝੋਗੇ ਤੇ ਫਿਰ ਇਲੈਕਸ਼ਨ ਹੋ ਰਹੀ ਹੈ, ਲੱਗ ਜੂਗਾ ਪਤਾ 4 ਤਰੀਕ ਨੂੰ। ਬਿਲਕੁਲ ਬਿਲਕੁਲ ਬਿਲਕੁਲ, 4 ਨੂੰ ਤਾਂ ਨਾਈ ਵਾਲੇ ਵਾਲ ਅੱਗੇ ਆ ਹੀ ਜਾਣੇ ਆ ਬਿਲਕੁਲ, ਤੇ ਉਹ ਨਾਈ ਵਾਲੇ ਵਾਲ ਅੱਗੇ ਤਾਂ ਆਉਣਗੇ ਨਾ ਆਉਣਗੇ। ਕਹਿੰਦੇ ਕਾਂਗਰਸੀ ਜਿਹੜਾ ਸ਼ੇਰ ਸਿੰਘ ਘੁਬਾਇਆ ਕਹਿੰਦਾ ਉਹ ਵਰਕਰਾਂ ਨਾਲ ਹੀ ਲੜ ਪਿਆ, ਕਹਿੰਦੇ ਉਮੀਦਵਾਰ ਤਾਂ ਵਰਕਰਾਂ ਦੀਆਂ ਮਿੰਨਤਾਂ ਕੱਢਦਾ ਹੁੰਦਾ ਘੁਬਾਇਆ। ਗੁਰੂ ਹਰ ਸਹਾਇ ਜਿਹੜਾ ਇਲਾਕਾ ਉਹ ਬਕਾਇਦਾ ਤੌਰ ਤੇ ਗੁਰਮੀਤ ਸਿੰਘ ਸੋਢੀ ਦਾ ਆਪਣਾ ਬਿਲਕੁਲ ਆਪਦਾ ਇਲਾਕਾ ਜੀ, ਉਹਦਾ ਉੱਥੋਂ ਹੀ ਜਿੱਦਾਂ ਤੇ ਉੱਥੇ ਉਹ ਕਾਮਯਾਬ ਹੁੰਦਾ। ਭਾਵੇਂ ਬੀਜੇਪੀ ਨੇ ਉੱਥੋਂ ਆਪਣਾ ਉਹਨੂੰ ਉਮੀਦਵਾਰ ਬਣਾ ਲਿਆ, ਲੇਕਿਨ ਉਹ ਚਾਹੁੰਦਾ ਸੀ ਵੀ ਮੈਨੂੰ ਕਾਂਗਰਸ ਦਾ ਉਮੀਦਵਾਰ ਬਣਾਇਆ ਜਾਵੇ, ਉਹਦੀ ਖਾਸ ਸੀਗੀ ਲੇਕਿਨ ਗੱਲ ਬਣੀ ਨੀ। ਘੁਬਾਇਆ ਸਾਹਿਬ ਨੂੰ ਲੋਕਾਂ ਨੇ ਪਹਿਲਾਂ ਬੁਲਾ ਲਿਆ, ਉੱਥੇ ਕੁਰਸੀ ਲਾ ਲਈਆਂ ਵੀ ਆਓ ਤੁਹਾਡੀ ਅਸੀਂ ਪੋਲੀਟੀ ਮੀਟਿੰਗ ਕਰਾ ਦਿੰਦੇ, ਤੇ ਉਹ ਮੀਟਿੰਗ ਚ ਲੋਕ ਬਹੁਤੇ ਨਹੀਂ ਆ ਸਕੇ, ਕੁਰਸੀਆਂ ਖਾਲੀ ਪਈਆਂ ਸੀ ਤੇ ਘੁਬਾਇਆ ਸਾਹਿਬ ਕਾਫੀ ਨਾਰਾਜ਼ ਹੋਏ ਤੇ ਉੱਥੋਂ ਬਿਨਾਂ ਸੰਬੋਧਨ ਕੀਤੇ ਤੁਰ ਲੱਗੇ, ਲੇਕਿਨ ਵਰਕਰਾਂ ਦੇ ਹੱਥ ਜੋੜ ਕੇ ਕਹਿਤਾ ਵੀ ਸੰਬੋਧਨ ਤੁਸੀਂ ਕਰੋ, ਆ ਗਲਤੀ ਹੋ ਗਈ, ਦੁਬਾਰਾ ਗਲਤੀ ਨਹੀਂ ਹੋਊਗੀ। ਅਜੇ ਵੀ ਮੈਂ ਕਹੂੰਗਾ ਵੀ ਘੁਬਾਇਆ ਉੱਥੇ ਮਜ਼ਬੂਤ ਉਮੀਦਵਾਰ ਬਾਕੀਆਂ ਨਾਲੋਂ, ਕਿਉਂਕਿ 1.5 ਲੱਖ ਰੁਪਇਆ ਉਹਦੀ 1.5 ਲੱਖ ਜਿਹੜੇ ਨੇ ਆਪਣੇ ਵੋਟਰ ਉਹਦੇ ਆਪਣੇ ਬਰਾਦਰੀ ਦੇ ਨੇ ਸਿੱਖ ਕਰਾਏ, ਉਹਨਾਂ ਦਾ ਭਰਾ ਜਿਹੜਾ ਫੁੰਮਣ ਸਿੰਘ ਸੀਗਾ ਸਰਪੰਚ ਆ ਪਿੰਡ ਦਾ ਜਿਹੜਾ, ਉਹ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਉਹ ਅਕਾਲੀ ਦਲ ਸ਼ਾਮਿਲ ਹੋ ਗਿਆ ਸੀਗਾ, ਹੁਣ ਅੱਜ ਬਕਾਇਦਾ ਤੌਰ ਤੇ ਫੁੰਮਣ ਸਿੰਘ ਨੇ ਵੀ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕਰ ਲਈ। ਅੱਛਾ, ਭਰਾ ਨਾਲ ਬਣ ਸ਼ਰੀਕਾ ਖਤਮ ਕਰ ਲਿਆ। ਹਾਂਜੀ ਹਾਂਜੀ, ਇਸ ਕਰਕੇ ਉਹ ਨਾਰਾਜ਼ ਸਨ ਵੀ ਗੁਰੂ ਹਰਿਭਾਈ ਦੀ ਗੱਲ ਤੇ ਉਹਨਾਂ ਨੂੰ ਉੱਥੇ ਉਹ ਸਮਾਗਮ ਰੱਖਣੇ ਨੀ ਚਾਹੀਦਾ, ਜਿਸ ਲਲਕੇ ਦੇ ਵਿੱਚ ਤੁਹਾਡੀ ਨੀ ਬਹੁਤੀ ਪਕੜਨੀ, ਕਿਉਂ ਰੱਖਦੇ ਸਮਾਗਮ ਤੁਸੀਂ ਉੱਥੇ। ਇਸ ਕਰਕੇ ਘੁਬਾਇਆ ਸਾਹਿਬ ਜਿਹੜੇ ਸੀ ਉਹ ਕਾਫੀ ਨਾਰਾਜ਼ ਸੀਗੇ, ਲੇਕਿਨ ਇਹ ਆ ਵੀ ਅਜੇ ਵੀ ਮੁਹਿੰਮ ਕਾਫੀ ਚੱਲ ਰਹੀ, ਆਉਣ ਵਾਲੇ ਦਿਨਾਂ ਚ ਹੁਣ ਅੱਜ ਤੋਂ ਕੱਲ ਤੋਂ ਬਾਅਦ ਜੀ ਕੱਲ ਸਕਰੂਟਨੀ ਹੈ, ਪਰਸੋਂ ਵਾਪਸੀ, ਉਦੋਂ ਬਾਅਦ ਜਿਹੜਾ ਜਿਹੜੇ 10 ਕੁ ਦਿਨ ਜੀ ਗੇਮ ਪੂਰੀ ਭਖੇਗੀ, ਪਤਾ ਲੱਗੇਗਾ ਕੌਣ ਕਿੱਥੇ ਖੜਾ। ਨੇਰੀ ਉੱਠ ਪੈਣੀ ਹੈ ਜੀ, ਘਬਰਾਓ ਨਾ ਜੀ 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 ਜੀ, ਨੇਰੀ ਦਾ ਉੱਧਰ ਉੱਠਣੀ ਹੈ ਤੇ ਇੱਧਰ ਆਪਣਾ ਕੀ ਬੋਲ ਰਿਹਾ ਜੀ ਭਾਈ ਤੁਹਾਡਾ ਅੰਮ੍ਰਿਤਪਾਲ ਸਿੰਘ ਵਾਲਾ ਇਲਾਕਾ, ਇੱਥੇ ਕੀ ਕੁਛ ਚੱਲ ਰਿਹਾ, ਖਾਲੜਾ ਵੀ ਨੇ ਸਾਰੇ ਜਿਹੜੇ ਨੇ ਪੰਥਕ ਹੈ ਮੁੰਡੇ, ਮੈਂ ਵੇਖ ਰਿਹਾ ਵੀ ਹੈ ਤਾਂ ਭਾਵੇਂ ਘੋਨਾ ਪੰਥ, ਪੀਲੇ ਪਟਕੇ ਬੰਨ ਕੇ ਜੀਪਾਂ ਲੰਡੀਆਂ ਲੈ ਕੇ ਕਾਲੀਆਂ, ਤੇ ਤਸਵੀਰਾਂ ਆ ਰਹੀਆਂ ਨੇ ਬੜੀਆਂ। ਵੇਖੋ ਅੱਜ ਦੀ ਡੇਟ ਜੋ ਅੰਮ੍ਰਿਤਪਾਲ ਦੀ ਆਪਾਂ ਗੱਲ ਕਰ ਰਹੇ ਨਾ ਜੀ, ਅੰਮ੍ਰਿਤਪਾਲ ਦੀ ਸਥਿਤੀ ਵੇਖਣ ਨੂੰ ਤੇ ਕਾਫੀ ਮਜ਼ਬੂਤ ਲੱਗਦੀ ਹੈ ਜੀ, ਮਜ਼ਬੂਤ ਲੱਗਦੀ। ਉਹਨਾਂ ਦੇ ਨੋਮੀਨੇਸ਼ਨ ਹੋ ਗਏ, ਕੱਲ ਸਕਰੂਟਨੀ ਹੈ, ਕੱਲ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਉਮੀਦਵਾਰ ਬਣਦੇ ਕਿ ਨਹੀਂ ਬਣਦੇ ਜੀ। ਉਹਨਾਂ ਦਾ ਸੈਕਿੰਡ ਉਮੀਦਵਾਰ ਬਣਾਉਣ ਵਾਸਤੇ ਕਾਫੀ ਚਰਚਾ ਹੋ ਰਹੀ ਸੀ, ਕੋਈ ਕਹਿੰਦਾ ਸੀ ਬੀਬੀ ਖਦਰਾਂ ਬਣਾਓ, ਤੇ ਲੇਕਿਨ ਉਹਨਾਂ ਦੀ ਮਦਦ ਚਾਹੁੰਦੀ ਸੀ ਵੀ ਉਹਦਾ ਸੈਕਿੰਡ ਉਮੀਦਵਾਰ ਮੈਂ ਬਣਾ, ਉਹ ਤਾਂ ਘਰ ਦੀ ਗੱਲ ਹੈ, ਉਹ ਤਾਂ ਕਿੱਥੇ ਬਣਦੇ, ਲੇਕਿਨ ਮੈਨੂੰ ਨਹੀਂ ਉਮੀਦ ਵੀ ਉਹਨਾਂ ਦੇ ਕਾਗਜ਼ ਰੱਦ ਕੀਤੇ ਜਾਣ ਹੋਣ, ਕਿਉਂਕਿ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਕਾਗਜ਼ ਦਾਖਲ ਹੋਏ ਨੇ।
ਹੁਣ ਉਹ ਕੱਲ ਤੋਂ ਬਾਅਦ ਪਤਾ ਲੱਗ ਜੇ ਵੀ ਜੇ ਅੰਮ੍ਰਿਤਪਾਲ ਹੋਰਾਂ ਦੀ ਬਕਾਇਦਾ ਤੌਰ ਤੇ ਇਹ ਪੱਕੀ ਹੋ ਜਾਂਦੀ ਆ ਕਿ ਇਹ ਇਲੈਕਸ਼ਨ ਲੜਨਗੇ ਆਉਣ ਇਹਨਾਂ ਨੂੰ, ਤੇ ਫਿਰ ਇੱਕ ਹਨੇਰੀ ਜੀ ਆਏਗੀ ਕਿ ਉਹ ਪੰਜਾਬ ਦੇ ਲੋਕ ਜਿਹੜੇ ਭਾਵੇਂ ਜ਼ਿਆਦਾ ਪੜ੍ਹੇ ਜ਼ਿਆਦਾ ਅਵੇਅਰ ਹੈਗੇ ਸਿਆਸਤ ਦੇ ਵਿੱਚ, ਲੇਕਿਨ ਤਜਰਬੇ ਵੱਖ ਵੱਖਰੇ ਕਰਦੇ ਨੇ ਔਰ ਇਹਦਾ ਬਕਾਇਦਾ ਤੌਰ ਤੇ ਅਸਰ ਕੱਲਾ ਇੱਥੇ ਨਹੀਂ, ਇਹਦਾ ਅਸਰ ਫਰੀਦਕੋਟ ਤੇ ਵੀ ਪਏਗਾ, ਫਿਰੋਜ਼ਪੁਰ ਤੇ ਵੀ, ਤੇ ਸੰਗਰੂਰ ਤੇ ਬਹੁਤ ਪਏਗਾ। ਸੰਗਰੂਰ ਦੇ ਵਿੱਚ ਤੇ ਕੱਲ ਬੀਬੀ ਖਾਲੜਾ ਨੇ ਜਿਹੜੀ ਉੱਥੇ ਸਪੀਚ ਕੀਤੀ ਆ ਸਨਮਾਨ ਦੇ ਹੱਕ ਜਾ ਕੇ, ਉਹਨੇ ਸਾਰਿਆਂ ਨੂੰ ਪਾਣੀ ਪੀ ਪੀ ਕੇ ਕੋਸਿਆ ਵਾ। ਉਹਨੇ ਦੇਖੋ ਕੱਲ ਤਾਂ ਵੀ ਆ ਬਾਦਲ ਕੇ ਪੰਥਕ ਨੀ ਹੈਗੇ ਜਿਹੜੇ ਪੰਥ ਦਾ ਰੌਲਾ ਪਾਉਣ ਡੇ। ਪੰਜਾਬ ਦੇ ਵਿੱਚ ਜਿਹੜੇ ਨੌਜਵਾਨਾਂ ਦੀ 50,000 ਜਿਹੜਾ ਨੁਕਸਾਨ ਹੋਇਆ ਸਾਡਾ ਬੰਦੂਕਾਂ ਦਾ, ਉਹ ਇਹ ਕਰਾਉਣ ਵਾਲੇ ਨੇ, ਉਹ ਤਾਂ ਕਹਿੰਦੇ ਜੀ। ਉਹਨੂੰ ਤੇ ਇਹ ਵੀ ਕਹਿਤਾ ਵੀ ਚਿੱਠੀਆਂ ਲਿਖ ਕੇ ਸਾਕਾ ਨੀਲਾ ਤਰ੍ਹਾਂ ਕਰਾਇਆ ਵੀ ਸਾਕ ਨੂੰ ਕੱਢੋ ਬਾਹਰ ਤੁਸੀਂ ਇੱਥੋਂ, ਇਹ ਕਿਹੜੇ ਪੰਥਕ ਹੋ ਸਕਦੇ ਆ ਜੀ। ਉਹ ਮਾਨ ਦੇ ਹੱਕ ਚ ਬੋਲੀ, ਉਹਨੇ ਖੈਰੇ ਦੇ ਖਿਲਾਫ਼ ਵੀ ਤਵਾ ਲਾਇਆ ਕਿ ਕੱਲ ਤੱਕ ਤੇ ਕਹਿੰਦਾ ਸੀ ਮੈਂ ਅੰਮ੍ਰਿਤਪਾਲ ਦਾ ਪ੍ਰਚਾਰ ਕਰੂੰਗਾ ਤੇ ਮਾਨ ਦੇ ਹੱਕ ਚ ਬੋਲੂ, ਹੁਣ ਇਲੈਕਸ਼ਨ ਕੋਲ ਲੜਨ ਆਇਆ ਇੱਥੇ ਉਹਨਾਂ ਦੇ ਖਿਲਾਫ਼। ਉੱਥੇ ਵੀ ਸਿਚੁਏਸ਼ਨ ਜਿਹੜੀ ਕੱਲ ਰਹਿੰਦੀ ਸੀ ਉਹਦੀ ਤਕੜੀ ਰਹਿੰਦੀ ਸੀ ਮਾਨ ਦੀ, ਕਾਫ਼ੀ ਵੱਡਾ ਟੱਕ ਕੀਤਾ ਸੀ ਉਹਨੇ ਜੀ, ਤੇ ਬੀਬੀ ਖਾਲੜਾ ਨੇ ਕਾਫ਼ੀ ਉੱਥੇ ਜਿਹੜਾ ਵਾ ਆਪਣੇ ਤਰੀਕੇ ਨਾਲ ਗੱਲ ਕੀਤੀ ਤੇ ਉਹਦਾ ਅਸਰ ਵਾਕਿਆ ਹੀ ਆ ਅੰਮ੍ਰਿਤਪਾਲ ਦੀ ਮੁਹਿੰਮ ਦਾ ਅਸਰ ਉਸ ਸੰਗਰੂਰ ਇਲੈਕਸ਼ਨ ਤੇ ਵੀ ਪੈ ਰਿਹਾ ਵਾ ਜੀ। ਇਹ ਵੀ ਪੋਸੀਬਿਲਿਟੀ ਤੇ ਆਉਣ ਵਾਲੇ ਦਿਨਾਂ ਚ ਮਾਨ ਦਾ ਤੇ ਖਿਰ ਦੇ ਮੁਕਾਬਲਾ ਹੋ ਜੇ ਦੋਵਾਂ ਦਾ। ਤੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਤੇ ਕਈ ਪਿੰਡਾਂ ਨੇ ਬਕਾਇਦਾ ਤੌਰ ਤੇ ਮਤੇ ਪਾਤੇ ਨੇ ਵੀ ਆਪਾਂ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਉਣੀ ਕਿ ਤਜਰਬੇ ਕਰਦੇ ਹਾਂ ਅਸੀਂ ਜੀ, ਹਮੇਸ਼ਾ ਹੀ ਤਜਰਬੇ ਕੀਤੇ। ਜਦੋਂ ਨਾਦਰ ਸ਼ਾਹ ਆਇਆ ਨਾ ਪਹਿਲੀ ਵਾਰੀ ਜੀ ਜੀ, ਤੇ ਬਾਬਾ ਬਘੇਲ ਸਿੰਘ ਨੂੰ ਜੱਸਾ ਸਿੰਘ ਆਹਲੂਵਾਲੀਆ ਕਹਿੰਦਾ ਵੀ ਆਪਾਂ ਇੱਥੇ ਅਟੈਕ ਕਰੀਏ, ਉਹ ਕਾਹਦੇ ਵਾਸਤੇ ਯਾਰ, ਉਹ ਦਿੱਲੀ ਚ ਨਾ ਜਾਣ ਦੇ ਆਪਾਂ ਕੀ ਕਰਨਾ, ਆਪਾਂ ਕੀ ਲੈਣਾ ਐਵੇਂ ਰਾਜ ਪੰਗੇ ਲਏ। ਉਹ ਕਹਿੰਦਾ ਨਹੀਂ, ਤਜਰਬਾ ਕਰ ਲਈਏ, ਤਜਰਬਾ ਕਰੀਏ ਆਪਾਂ ਨੂੰ ਇਹਦੀ ਰਣਨੀਤੀ ਦੇ ਬੁੱਧੂ ਕਿਵੇਂ ਲੜਦੇ ਨੇ ਆਪਾਂ ਇਹ ਵੇਖਣਾ ਬਸ, ਕਿਉਂ ਕੱਲ ਨੂੰ ਜਦੋਂ ਆਪਣੇ ਟੱਕਰ ਹੋਣੀ ਫਿਰ ਆਪਾਂ ਨੂੰ ਇਹਦਾ ਜਵਾਬ ਦੇਣਾ ਪੈਣਾ। ਬਿਲਕੁਲ, ਆ ਜਾਂਦਾ ਕਰੂ ਤਾਂ ਸਹੀ ਕੁਛ ਨਾ ਕੁਛ, ਉਹਦੇ ਮਨ ਅੰਦਰ ਗੱਲ ਆ ਗਈ ਵੀ ਤਜਰਬਾ ਕੀਤਾ, ਅੱਜ ਤੋਂ ਨੀ, ਇਹ ਸਦੀਆਂ ਤੋਂ ਤਜਰਬੇ ਕਰਦੇ ਆ ਰਹੇ ਸਾਡੇ ਲੋਕ ਇਹ ਜਿਹੜੇ ਨੇ ਜਿਹੜੇ ਸਿੱਖ ਨੇ, ਤਾਂ ਸਦੀਆਂ ਤਜਰਬੇ ਕਰਦੇ ਆ ਰਹੇ ਨੇ, ਇਸ ਕਰਕੇ ਤਜਰਬਾ ਇਹ ਵੀ ਵੇਖੋ, ਪਹਿਲਾਂ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਕੀਤਾ ਤੇ ਅੱਜ ਆਮ ਆਦਮੀ ਪਾਰਟੀ ਦਾ ਵੇਖੋ ਕਿੱਦਾਂ ਵਾ। ਇੱਥੋਂ ਤੱਕ ਵੇਖੋ ਕੱਲ ਬਕਾਇਦਾ ਤੌਰ ਤੇ ਜਿਹੜਾ ਲਾਲਜੀ ਤੇ ਭੁੱਲਰ ਉਹਨੇ ਆਪਣੇ ਨੋਮੀਨੇਸ਼ਨ ਕਰਨੇ ਸੀਗੇ, ਸੋਰੀ ਅੱਜ ਨੋਮੀਨੇਸ਼ਨ ਕੀਤੇ ਉਹਨੇ, ਨੋਮੀਨੇਸ਼ਨ ਕਰਨੇ ਸੀ ਤੇ ਗੇਟ ਤੋਂ ਅੰਦਰ ਦੋ MA ਨੂੰ ਜਾਣ ਨੀ ਦਿੱਤਾ ਜਾ ਰਿਹਾ, ਇੱਥੇ ਵੀ ਨੀ ਜਾਣ ਦਿੱਤਾ, ਕਿਤੇ ਨੀ ਜਾਣ ਦਿੰਦੇ ਉਹ ਤਾਂ, ਤਿੰਨ ਜਿਹੜੇ ਤੇ ਦੋ ਹੋਰ ਲਿਆਉਣੇ ਲੈ ਆਓ। ਮੋਦੀ ਸਾਹਿਬ ਨੇ ਗਏ, ਉਹਨਾਂ ਨੇ ਬੜੇ ਗਏ ਨੇ, ਅਮਿਤ ਸ਼ਾਹ ਨੇ ਬੜੇ ਗਏ ਨੇ, ਤੁਹਾਨੂੰ ਪਤਾ ਜਿੱਦਾਂ ਚੱਲਦਾ ਵਾ। ਕੱਲ ਬਕਾਇਦਾ ਤੌਰ ਤੇ ਸਾਡੇ ਜਿਹੜੇ ਮਾਨਯੋਗ ਕੁਲਦੀਪ ਸਿੰਘ ਧਾਰੀਵਾਲ, ਉਹਨੇ ਗੱਡੀ ਨੀ ਅੰਦਰ ਐਂਟਰ ਕਰਨ ਦਿੱਤੀ ਉਹਨਾਂ ਨੇ, ਕਹਿੰਦਾ ਵਾ ਮੰਤਰੀ ਹੋਏ, ਕਹਿੰਦਾ ਮੰਤਰੀ ਹੋਏ ਘਰ ਆਏ ਹੋਏ, ਮੰਤਰੀ ਮੰਤਰੀ ਕੋਈ ਨੀ ਹੈਗਾ, ਇੱਥੋਂ ਪੈਦਲ ਚੱਲ ਜਾ ਕੇ ਆਪਣੇ ਕਾਗਜ਼ ਦਾਖਲ ਕਰ। ਇਸ ਕਰਕੇ ਇਹਨਾਂ ਚ ਉਹ ਸ਼ਕਤੀ ਉਹਨਾਂ ਦੇ ਵਿੱਚ ਉਹ ਬੜਤ ਨਹੀਂ, ਨਾ ਉਹਨਾਂ ਦੀ ਚੜ੍ਹਤ ਹੈਗੀ ਤੇ ਨਾ ਬੜਕ ਹੈਗੀ ਇਹਨਾਂ ਦੇ ਵਿੱਚ ਜਿਹੜੀ ਕਾਂਗਰਸੀਆਂ ਦੇ ਵਿੱਚ ਅਕਾਲੀਆਂ ਦੇ ਵਿੱਚ ਹੁੰਦੀ ਸੀ ਜੀ, ਤੇ ਲੇਕਿਨ ਤਜਰਬੇ ਕੀਤੇ ਨੇ ਸਾਡੇ ਲੋਕਾਂ ਨੇ, ਤਜਰਬਾ ਕੀਤਾ ਨਾ, ਹੁਣ ਵੇਖੋ ਹੁਣ ਦਿਨ ਚ ਕੀ ਕਰਦੇ ਉਹ, ਤੇ ਹੁਣ 1 June ਨੂੰ ਤੇ 4 June ਨੂੰ ਪਤਾ ਲੱਗੂ ਕੀ ਬਣਦਾ ਕੀ ਨਹੀਂ ਬਣਦਾ।
ਲੇਕਿਨ ਹਾਲਾਤ ਬਹੁਤੇ ਸਾਜ਼ਗਰ ਇਹਨਾਂ ਦੇ ਹੱਕ 'ਚ ਨਹੀਂ ਦਿਖਾਈ ਦੇ ਰਿਹਾ ਸੀ। ਜੀ ਜੀ ਜੀ, ਮੋਮੈਂਟਮ ਹੀ ਨਹੀਂ ਬਣ ਰਿਹਾ ਜੀ। ਨਹੀਂ ਜਾਣੇ, ਮੋਮੈਂਟਮ ਨਹੀਂ ਬਣ, ਬਿਲਕੁਲ ਮੋਮੈਂਟਮ ਨਹੀਂ ਬਣ ਰਿਹਾ। ਮੈਨੂੰ ਲੱਗਦਾ ਪੇਂਡੂ ਇਲਾਕਿਆਂ ਦੇ ਵਿੱਚ ਵੋਟ ਪੈਟਰਨ, ਵੋਟਿੰਗ ਪੈਟਰਨ ਬਹੁਤ ਘੱਟ ਰਹੂਗਾ ਪਰਸੈਂਟ। ਹਾਂਜੀ 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 ਹਾਂਜੀ, ਮੈਨੂੰ ਜੋ ਹਾਲਾਤ ਨਜ਼ਰ ਆਉਂਦੇ ਨੇ। ਤੇ ਉਧਰ ਜਿਹੜਾ ਹੈਗਾ, ਕਹਿੰਦੇ ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਤੇ ਅਗਵਾਹ ਦਾ ਮਾਮਲਾ ਦਰਜ ਕਰਤਾ ਜੀ। ਇੱਕ ਮਨਵੀਰ ਮੁੰਡਾ ਜੀ, ਇਹ ਬੰਦਾ ਜਿਹੜਾ ਬਕਾਇਦਾ ਤੌਰ ਤੇ ਜੋਧਪੁਰ ਦਾ ਰਹਿਣ ਵਾਲਾ, ਇਹ ਆਪਣੇ ਘਰੋਂ ਨਿਕਲਦਾ ਵਾ 8 ਤਰੀਕ ਨੂੰ, ਤੇ ਇਹਨੇ ਜਾਣਾ ਵਾ ਜੈਪੁਰ ਬਕੇ। 3 ਸਾਲ ਹੋ ਗਏ ਸੀ ਇਹ ਸਟੱਡੀ ਕਰ ਰਿਹਾ ਸੀ ਉੱਥੇ, ISI IPS। ਅੱਛਾ ਜੀ। ਅਕੈਡਮੀ ਚ ਆਪਣੇ ਘਰੋਂ ਨਿਕਲਦਾ ਵਾ ਤੇ ਇਹਨੂੰ ਪੁਲਿਸ ਜਿਹੜੀ ਉਹ ਚੁੱਕ ਲੈਂਦੀ ਹੈ ਪੰਜਾਬ ਪੁਲਿਸ ਜਾ ਕੇ। ਅੱਛਾ ਜੀ। ਚੁੱਕਣ ਤੋਂ ਬਾਅਦ ਮੁੜ ਕੇ ਉਹਨਾਂ ਦੇ ਘਰ ਫੋਨ ਕੀਤਾ ਜਾਂਦਾ ਵੀ ਤੁਹਾਡਾ ਬੰਦਾ ਸਾਡੇ ਕੋਲੇ ਆ, 15 ਲੱਖ ਰੁਪਇਆ ਦੇ ਦੇ, ਜ਼ਮਾਨਤ ਵੀ ਕਰਾ ਦਿਆਂਗੇ ਤੇ ਮਾਲ ਵੀ ਥੋੜਾ ਪਾ ਦਿਆਂਗੇ। ਅੱਛਾ। ਉਹਦੇ ਉੱਤੇ ਲੁਧਿਆਣਾ ਪੁਲਿਸ ਨੇ ਲਿਆ ਕੇ 2 ਕਿਲੋ ਫੀਮ ਫਿੱਟ ਕਰਤੀ 10 ਤਰੀਕ ਨੂੰ। ਅੱਛਾ ਜੀ। ਹੁਣ ਉਹਦੇ ਫਾਦਰ ਨੇ ਕੀ ਕੀਤਾ, ਉਹਦੇ ਫਾਦਰ ਨੇ ਜਾ ਕੇ ਉੱਥੇ ਕੰਪਲੇਂਟ ਦਰਜ ਕਰਾਈ ਤੇ ਅਗਵਾਹ ਦਾ ਤੇ ਫਰੌਤੀ ਦਾ ਮੁਕੱਦਮਾ ਦਰਜ ਕਰਾਤਾ ਇਹਨਾਂ ਨੇ ਜੀ। ਜਿੰਨੇ ਟੋਲ ਪਲਾਜ਼ੇ ਸਾਰੀਆਂ CCTV ਜਿਹੜੀਆਂ ਹੋਈ ਕਢਾ ਲਈ ਉਹਨੇ, ਫੁਟੇਜ ਕਢਾ ਲਈ ਉਹਨੇ, ਉਹ ਸਾਰੀਆਂ ਪੁਲਿਸ ਨੂੰ ਦਿੱਤੀਆਂ ਤੇ ਇੱਕ ਥਾਣੇਦਾਰ ਤੇ ਬਾਕੀ ਇੱਕ ਲੇਡੀ ਕਾਂਸਟੇਬਲ ਤੇ ਕਰੀਬ 11 ਤੋਂ ਵੱਧ ਲੋਕਾਂ ਤੇ ਪਰਚਾ ਦਰਜ ਕਰ ਗਿਆ ਉੱਥੇ, ਕਿਉਂਕਿ ਫੜਿਆ ਨੂੰ ਉੱਥੋਂ ਫੜਿਆ ਉੱਥੋਂ ਤੇ ਕੇਸ ਪਾਇਆ ਲੁਧਿਆਣੇ ਲਾ ਕੇ ਵੀ ਇੱਥੋਂ ਆ ਕੇ 2 ਕਿਲੋ ਫੀਮ ਨਾਲ ਫੜਿਆ ਇਹਨੂੰ। ਅੱਛਾ ਜੀ। ਹੁਣ ਉਹਨਾਂ ਨੇ ਉੱਥੇ ਮੁਕੱਦਮਾ ਦਰਜ ਕਰ ਲਿਆ ਤੇ ਇਹਨਾਂ ਨੇ ਰਾਬਤਾ ਕਿਵੇਂ ਕੀਤਾ, ਕਹਿੰਦੇ ਜੀ ਹਾਂ ਮੁਕੱਦਮਾ ਇੱਥੇ ਵੀ ਦਰਜ ਹੋਇਆ ਤੇ ਮੁਕੱਦਮਾ ਉੱਥੇ ਵੀ ਦਰਜ ਹੋਇਆ। ਹੁਣ ਉੱਥੋਂ ਦੀ ਪੁਲਿਸ ਕਦੋਂ ਆਉਂਦੀ ਹੈ, ਇਹ ਦੋਵੇਂ ਆਹਮੋ ਸਾਹਮਣੇ ਕਿਵੇਂ ਹੁੰਦੇ ਇਹ ਤੇ ਪਤਾ ਨਹੀਂ, ਲੇਕਿਨ ਗੱਲ ਮਾਰੀ ਹੈ ਜੇ ਤੁਸੀਂ ਬੰਦਾ ਉੱਥੇ ਫੜਿਆ ਟੀਮ ਦਾ, ਪਹਿਲੀ ਗੱਲ ਤਾਂ ਤੁਸੀਂ ਉੱਥੋਂ ਦੀ ਲੋਕਲ ਪੁਲਿਸ ਨੂੰ ਲਾ ਲਓ ਜੋ ਤੁਹਾਡਾ ਅਸੂਲ ਬਣਦਾ, ਉਹਨੂੰ ਦੱਸੋ ਜਦੋਂ ਬੰਦਾ ਤੁਸੀਂ ਲੈ ਕੇ ਆਉਂਦੇ ਹੋ ਬਕਾਇਦਾ ਤੌਰ ਤੇ ਉਦਾਂ ਦੇ ਰੋਜ਼ਨਾਮੇ ਦੀ ਐਂਟਰੀ ਕਰੋ ਵੀ ਇਹ ਬੰਦਾ ਲੈ ਕੇ ਜਾ ਰਿਹਾ ਸੀ। ਉਹੀ ਗੁੰਡਾਗਰਦੀ ਜਿਹੜੀ ਪਹਿਲਾਂ ਅੱਜ ਤੋਂ 20 ਸਾਲ ਹੈਗੀ ਗੁੰਡਾਗਰਦੀ, ਫਿਰ ਸ਼ੁਰੂ ਕਰ ਦਿੱਤੀ ਗਈ ਇਹਨਾਂ ਨੇ। ਮੁੰਡਾ IAS ਜਾਂ ਕੋਈ ਡਾਊਟਫੁਲ ਸੀ, ਕੀ ਸੀ ਜਿਹੜਾ ਤਿਆਰੀ ਕਰਦਾ ਇੱਥੇ ਲੈ ਕੇ ਫੀਮ, ਕੀ ਇਹ ਅਜੇ ਕੋਈ ਸਾਹਮਣੇ ਆਈ ਨੀ ਗੱਲ ਪੂਰੀ ਜੀ। ਅਜੇ ਤੇ ਇਹ ਗੱਲ ਆਈ ਵੀ ਉਹਦੇ ਪਿਓ ਦੇ ਬਿਆਨ ਆ ਗਏ, ਉਹਦੇ ਪੁਲਿਸ ਦਾ ਬਿਆਨ ਆ ਗਿਆ ਵੀ ਵਾਕਈ ਇਹ ਅਗਵਾਹ ਦਾ ਮਾਮਲਾ ਤੇ ਫਰੌਤੀ ਦਾ ਮਾਮਲਾ ਵਾ। ਅਜੇ ਤੱਕ ADGP ਦੇਵਰਾਜ ਕੇ ਕਿਹੜਾ ਹੈਗਾ ਇੱਥੋਂ ਦਾ ADCP ਲੁਧਿਆਣੇ ਦਾ, ਉਹ ਵੀ ਸਪਸ਼ਟ ਨਹੀਂ ਕਰ ਸਕਿਆ, ਸਿਰਫ ਇੰਨੀ ਗੱਲ ਕਹੀ ਵੀ ਦੋ ਹੀ ਥਾਈ ਪਰਚਾ ਚੱਲ ਹੋਇਆ, ਇੱਥੇ ਵੀ ਹੋਇਆ ਤੇ ਉੱਥੇ ਵੀ ਹੋਇਆ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਸ ਕਰਕੇ ਜੇ ਬੰਦਾ ਉੱਥੋਂ ਫੜਿਆ ਠੀਕ ਹੈ, ਤੁਸੀਂ ਉੱਥੋਂ ਦੀ ਲੋਕਲ ਪੁਲਿਸ ਕੋਲ ਜਾਓ ਵੀ ਆਹ ਉੱਥੋਂ ਬੰਦਾ ਫੜਿਆ, ਆਹ ਥੀਮ 2 ਕਿਲੋ ਫੜੀ ਇਹਦੇ ਨਾਲ, ਇੱਥੇ ਪਰਚਾ ਬੰਦਾ ਤੁਸੀਂ ਉੱਥੋਂ ਲੈ ਆਓ, ਕੋਈ ਗੱਲ ਨੀ, ਉਹਨੂੰ ਪਾ ਕੇ ਆਪਣੀ ਰਵਾਨਗੀ ਪਾ ਕੇ ਉੱਥੋਂ ਤੇ। ਲੇਕਿਨ ਹੁਣ ਕੀ ਆ, ਕਰਵਾਈ ਵੱਡੇ ਅਫਸਰ ਹੋਣੀ ਆ ਤੇ ਜਦੋਂ ਭੀੜ ਬਣੀ ਮੁੜ ਕੇ ਕਿਸੇ ਲਾਗੇ ਨੀ ਲੱਗਣਾ, ਨੇੜੇ ਨੀ ਲੱਗਣਾ ਜੀ ਕਿਸੇ ਨੇ, ਛੋਟੇ ਹੀ ਆ। ਤੇ ਪੱਟੀ ਸਾਹਿਬ ਆਪਣਾ ਤੁਹਾਨੂੰ ਪਤਾ ਹੁਣ ਕਤਲ ਹੋਇਆ ਸੀਗਾ ਰਾਸ਼ਟਰੀ ਸਿੱਖ ਸੰਗਤ ਵਾਲੇ ਰੁਲਦਾ ਸਿੰਘ, ਕੀ ਨਾਂ ਸੀ ਉਹਦਾ ਜੀ? ਜੀ ਜੀ ਜੀ, ਉਹ ਕੀ ਅਪਡੇਟ ਹੈ ਜੀ, ਕੀ ਕੁਛ ਆਇਆ? ਜਿਹੜਾ ਰੁਲਦਾ ਸਿੰਘ ਦਾ ਕੇਸ ਹੈ ਜੀ, ਜੀ ਰੁਲਦਾ ਸਿੰਘ ਦੇ ਕੇਸ ਦੇ ਵਿੱਚ ਇਹਨਾਂ ਨੇ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਗਾ 28-29 ਜੁਲਾਈ ਨੂੰ ਜਿਹੜਾ ਸੀ 2009 ਨੂੰ ਰਾਤ ਦੇ ਸਮੇਂ ਉਹਦਾ ਅਨਾਜਮੰਡੀ ਚ ਕਤਲ ਹੋਇਆ ਸੀ ਜੀ। ਇਹ ਰਾਸ਼ਟਰੀ ਸਿੰਘ ਸੰਗਤ ਦਾ ਪੰਜਾਬ ਦਾ ਮੁਖੀ ਸੀ, ਕਈ ਮੁੰਡਿਆਂ ਦੇ ਵੀ ਕਾਫੀ ਨੇੜੇ ਸੀ, ਮੈਂ ਤੁਹਾਨੂੰ ਸਿੱਧੀ ਗੱਲ ਕਹਿ ਦਿਆਂ ਜੀ। ਇਹਦੇ ਵਿੱਚ ਇਸ ਕੇਸ ਚ ਨਾ ਪਹਿਲਾਂ 5 ਮੁੰਡੇ ਫੜੇ ਤੇ ਮੁੜ ਕੇ ਉਹ 5 ਦੇ 5 ਹੀ ਡਿਸਚਾਰਜ ਕਰਾਤੇ ਵੀ ਇਹ ਸਿਰਫ ਇਹਨਾਂ ਦਾ ਹੱਥ ਨਹੀਂ ਹੈਗਾ,
ਉਦੋਂ ਬਾਅਦ ਪੰਜ ਨੌਜਵਾਨ ਹੋਰ ਫੜਦੇ ਨੇ, ਉਹਨਾਂ ਦੇ ਵਿੱਚ ਇੰਗਲੈਂਡ ਦਾ ਇੱਕ ਨੌਜਵਾਨ ਵੀ ਹੁੰਦਾ ਸ਼ਾਮਿਲ, ਉਹਦਾ ਨਾਂ ਪਰਮਜੀਤ ਸਿੰਘ ਪੰਮਾ ਹੁੰਦਾ, ਇਹਨੂੰ ਵੀ ਫੜਦੇ ਤੇ ਨਾਲ ਚਾਰ ਹੋਰ ਫੜਦੇ, ਤੇ ਇੰਗਲੈਂਡ ਦੀ ਪੁਲਿਸ ਬਕਾਇਦਾ ਤੌਰ ਤੇ ਇੱਥੇ ਇਨਵੈਸਟੀਗੇਸ਼ਨ ਵਾਸਤੇ ਆਉਂਦੀ ਹੈ, ਉਹ ਇਨਵੈਸਟੀਗੇਸ਼ਨ ਕਰਦੀ ਹੈ ਤੇ ਇਹਨੂੰ ਨਿਰਦੋਸ਼ ਕਰਾਰ ਦਿੰਦੀ ਵੀ ਇਹਦਾ ਕੋਈ ਹੱਥ ਦੇ ਵਿੱਚ ਨਹੀਂ ਹੈਗਾ, ਤੇ ਉਹਨਾਂ ਨੂੰ ਇਹਨੂੰ ਰਿਹਾਅ ਕਰਨਾ ਪੈਂਦਾ। ਅਜੇ ਤੱਕ ਰੋਲਦਾ ਸਿੰਘ ਦੇ ਕਤਲ ਕੇਸ ਦੇ ਵਿੱਚ ਕੋਈ ਵੀ ਕੌਨਕ੍ਰੀਟ ਬਕਾਇਦਾ ਤੌਰ ਤੇ ਇਹਨਾਂ ਨੇ ਬੰਦਾ ਨਹੀਂ ਫੜਿਆ। ਇਹਨਾਂ ਨੇ ਫਿਰ ਇਹ ਕੀਤਾ ਵੀ ਜਿਹੜੇ ਜਗਤਾਰ ਸਿੰਘ ਤਾਰਾ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਪਾਕਿਸਤਾਨ ਵੀ ਰਹਿ ਕੇ ਆਏ ਪਤਾ ਹੋਏਗਾ, ਇੱਕ ਰਮਨਦੀਪ ਸਿੰਘ, ਇਹਨਾਂ ਤੇ ਸਾਜਿਸ਼ ਪਾਤੀ ਤੇ ਇਹਨਾਂ ਨੇ ਇਹਦੀ ਸਾਜਿਸ਼ ਰਚੀ ਕਤਲ ਦੀ। ਅੱਛਾ ਜੀ। ਉਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਤਾਰਾ ਨੂੰ ਤੇ ਰਮਨਦੀਪ ਨੂੰ ਕੱਲ ਪਟਿਆਲਾ ਦੀ ਅਦਾਲਤ ਪੇਸ਼ ਕੀਤਾ ਗਿਆ, ਤੇ ਉੱਥੇ ਉਹਦੀ 17 ਤਰੀਕ ਕਿੰਨੀ ਅਗਲੀ 6 ਜੂਨ ਸੋਰੀ 6 ਜੂਨ ਅਗਲੀ ਤਰੀਕ ਪਾਤੀ ਉਹਦੀ, ਤੇ ਤਾਰੇ ਨੇ ਇੰਨੀ ਗੱਲ ਉੱਥੇ ਕਹੀ ਹੈ ਜੀ ਮੈਨੂੰ ਜੀ ਇੱਦਾਂ ਫਿਜ਼ੀਕਲ ਤੌਰ ਤੇ ਪੇਸ਼ ਕੀਤਾ ਜਾਵੇ 6 ਨੂੰ ਵੀ, ਮੈਨੂੰ ਉੱਥੇ ਬਕਾਇਦਾ ਤੌਰ ਤੇ ਵੀਡੀਓ ਕਾਨਫਰੰਸਿੰਗ ਜਿੱਦਾਂ ਮੇਰੀ ਨਾਲ ਗੱਲ ਕਰੀ ਜਾਵੇ, ਇੱਥੇ ਮੈਂ ਸਾਰੀ ਪ੍ਰਕਿਰਿਆ ਤੁਹਾਡੀ ਵੀ ਵੇਖਦਾ, ਬਾਕੀ ਵਕੀਲਾਂ ਨੂੰ ਵੇਖਦਾ, ਤੇ ਮੈਨੂੰ ਇਹ ਅਧਿਕਾਰ ਹੈਗਾ ਜੀ, ਹੁਣ ਬਣਨਾ ਇਹਦਾ ਵੀ ਕੁਛ ਨੀ ਗਾ, ਕਿਉਂਕਿ 10 ਬੰਦੇ ਤੁਸੀਂ ਛੱਡ ਚੁੱਕੇ, 2 ਬੰਦੇ ਸਾਜਿਸ਼ ਦੇ ਵਿੱਚ ਤੁਸੀਂ ਕੇਸ ਦਰਜ ਕੀਤਾ ਸੀ ਖਾਨਾ ਪੂਰਤੀ ਵਾਸਤੇ, ਪਹਿਲਾਂ 2009 ਤੋਂ ਲੈ ਕੇ ਹੁਣ ਤੱਕ ਕੇਸ ਜਿਹੜਾ ਹੁਣ ਤੱਕ ਨੀ ਬਣਿਆ, ਗਾਹ ਕੀ ਬਣਨਾ ਉਹਦਾ। ਬਿਲਕੁਲ ਜੀ। ਇਸ ਕਰਕੇ ਕੱਲ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਜਿਹੜੇ ਤੁਹਾਨੂੰ ਪਤਾ 2000 ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਤੋੜ ਕੇ ਪਾਕਿਸਤਾਨ ਚਲੇ ਗਏ ਸੀਗੇ, ਤੇ ਇਹ ਪੇਸ਼ ਕੀਤੇ ਗਏ, ਤੇ ਉਹਨਾਂ ਦੀ ਤਰੀਕ 26 ਪੈ ਗਈ ਰੁਲਦਾਰ ਸਿੰਘ ਨਾਮ ਦੇ ਜੀ। ਜੀ ਤੇ ਇਹ ਤਾਂ ਵਧੀਆ ਹੋ ਗਿਆ ਜੀ, ਅੱਗੇ ਕੰਮ ਚੱਲਿਆ, ਤੇ ਉਹਨਾਂ ਨੇ ਫਿਰ ਅੰਮ੍ਰਿਤਪਾਲ ਨੂੰ ਵੀ ਜਿਤਾਉਣ ਦਾ ਕਿਹਾ ਹੋਣਾ ਕੁਛ ਨਾ ਕੁਛ। ਹਾਂ ਬਿਲਕੁਲ, ਉੱਥੇ ਜਦੋਂ ਉਹਨਾਂ ਨੇ ਆਪ ਨੀ ਉਹਦੀ ਪ੍ਰੈਸ ਨਾਲ ਗੱਲ ਨੀ ਕਰ ਦਿੱਤੀ ਗਈ, ਉਹਨਾਂ ਦੇ ਬਰਜਿੰਦਰ ਸਿੰਘ ਉਹਦੀ ਵਕੀਲ ਸੀਗੇ ਜੀ, ਉਹਨਾਂ ਪ੍ਰੈਸ ਨੂੰ ਬਕਾਇਦਾ ਤੌਰ ਤੇ ਇੱਕ ਮੈਸੇਜ ਭੇਜਿਆ ਵਾ ਆਪਣੇ ਵਕੀਲ ਦੇ ਰਾਹੀਂ, ਵੀ ਮੈਂ ਪੰਜਾਬ ਦੇ ਲੋਕਾਂ ਨੂੰ ਹੈ ਤੇ ਬੱਬਰ ਖਾਲਸਾ ਦਾ ਕਾਰਕੁਨ ਨਹੀਂ ਹੈ ਨਾ, ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵੀ ਸਿਮਰਨ ਸਿੰਘ ਮਾਨ ਨੂੰ ਕੁਝੜੇ ਉੱਥੋਂ ਸੰਗਰੂਰ ਤੋਂ ਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੂੰ ਜਿਹੜੇ ਇਹ ਪੰਥਕ ਉਮੀਦਵਾਰ ਆ, ਪੰਜਾਬੀ ਦੇ ਪ੍ਰਤੀ ਹਮਦਰਦੀ ਰੱਖਣ ਵਾਲੇ ਨੇ, ਸਾਰੂ ਸੋਚ ਵਾਲੇ ਨੇ, ਇਹਨਾਂ ਦੇ ਹੱਕ ਵਿੱਚ ਵੋਟ ਪਾਉਣ ਦਾ ਸੱਦਾ ਭੇਜਿਆ, ਉਹਨਾਂ ਨੂੰ ਵੋਟ ਪਾਈ ਜਾਵੇ ਜੀ। ਤੇ ਇੱਧਰ ਲੁਧਿਆਣੇ ਦੇ ਵਿੱਚ ਜਿਹੜਾ ਬਣੇ ਹੈਗੇ ਨੇ ਆਹ ਬੈਂਸ ਹੋਰੀ, ਇਹਨਾਂ ਦਾ ਕਾਂਗਰਸ ਦੇ ਨਾਲ ਰਲਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵੇਖੋ ਕਾਫੀ ਦੇਰ ਦੇ ਉਹ ਲੁਟਕੇ ਫਿਰਦੇ ਸੀ, ਉਹ ਵੇਖਦਾ ਸੀ ਵੀ ਹੁਣ ਸਾਡੀ ਉਹ ਜਿਹੜੀ ਹੈਗੀ ਆ ਲੋਕ ਇਨਸਾਫ਼ ਪਾਰਟੀ ਦਾ ਬਹੁਤਾ ਆਧਾਰ ਨਹੀਂ ਰਿਹਾ, ਇਸ ਵੇਲੇ ਲੋਕ ਜਿਹੜੀਆਂ ਵੱਡੀਆਂ ਪਾਰਟੀਆਂ ਦੇ ਹੱਕ ਚ ਨੇ। ਤੁਸੀਂ ਵੇਖੋ ਸਾਡੇ ਪੰਜਾਬ ਚ ਕਿਸੇ ਵੇਲੇ ਆਜ਼ਾਦ ਉਮੀਦਵਾਰ ਜਿੱਦੇ ਹੁੰਦੇ ਸੀ, ਬਿਲਕੁਲ ਜੀ ਬਿਲਕੁਲ, ਅੱਜ ਕੱਲ ਉਹ ਗਿਣਤੀ ਖਤਮ ਹੋ ਗਈ ਆਜ਼ਾਦ ਨੂੰ, ਕੋਈ ਪੁੱਛਦਾ ਤੱਕ ਨੀ ਤੂੰ ਕਿੱਥੇ ਵੀ ਹੈਗਾ। ਹੁਣ ਉਹਨਾਂ ਵੀ ਸੋਚਿਆ ਵੀ 2012 ਦੇ ਵਿੱਚ 2017 ਦੇ ਵਿੱਚ ਇਹ ਦੋਵੇਂ ਭਰਾ ਦੋਵੇਂ ਜਣੇ MLA ਬਣੇ ਸੀਗੇ, ਤੇ 2011 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਉਹ ਚ ਬਲਵਿੰਦਰ ਸਿੰਘ ਬੈਂਸ ਜਿਹੜਾ ਉਹ ਸ਼੍ਰੋਮਣੀ ਕਮੇਟੀ ਮੈਂਬਰ ਵੀ ਬਣਿਆ ਸੀ ਜੀ। ਸਭ ਤੋਂ ਵੱਡੀ ਗੱਲ ਅਮਰਧਾਰੀ ਸਿੰਘ ਨੇ ਦੋਵੇਂ ਨਹੀਂ, ਬੈਂ ਇਕੱਲਾ ਵੱਡਾ ਹੀ ਹੈ ਜੀ, ਛੋਟਾ ਤਾਂ ਨਹੀਂ ਮੈਨੂੰ ਲੱਗਦਾ, ਦੂਜਾ ਵੀ ਹੈਗਾ, ਦੂਜਾ ਵੀ ਇੱਕੋ ਧਿਆਨ ਛੱਕ ਲਿਆ ਹੋਣਾ। ਹੁਣ ਇਹਦੇ ਵਿੱਚ ਜਿਹੜਾ ਵਾ ਇਹ ਬਕਾਇਦਾ ਤੌਰ ਤੇ ਜਿਹੜੇ ਇਹਨਾਂ ਦੇ ਪਿੱਛੇ ਜੇ ਮੋਦੀ ਸਾਹਿਬ ਦੀ ਐਕਸਟ੍ਰੈਡੀਸ਼ਨ ਸੀਗੀ, ਜਦੋਂ 2019 ਦੀ ਗੱਲ ਸੀ ਜਦੋਂ ਰਾਸ਼ਟਰਪਤੀ ਚੋਣ ਕਦੋਂ ਆਈ, ਉਦੋਂ ਵੀ ਵੋਟਾਂ ਇਹਨਾਂ ਜਿਹੜੀਆਂ ਸੀ ਬੀਜੇਪੀ ਨੂੰ ਪਾਈਆਂ ਸੀ,
ਇਸ ਕਰਕੇ ਇਹ ਜਿਹੜੇ ਲੋਕ ਨੇ ਇਹਨਾਂ ਨੇ ਜਦੋਂ ਵੋਟਾਂ ਦੋ ਜ ਪਾਈਆਂ ਇਹਨਾਂ ਨੂੰ ਤੇ ਇਹ ਬਕਾਇਦਾ ਤੌਰ ਤੇ ਆਸ ਕੀਤੀ ਜਾਂਦੀ ਸੀ ਵੀ ਐਨਸੀਪੀ ਬੀਜੇਪੀ ਜਾਣਗੇ ਕਿਉਂ 2019 ਦੇ ਵਿੱਚ ਬੈਂਸ ਦੂਸਰੇ ਨੰਬਰ ਤੇ ਆਇਆ ਸੀ 307,000 ਵੋਟਾਂ ਲਈਆਂ ਸੀ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਇੰਨਾ ਮਜ਼ਬੂਤ ਸੀਗਾ ਫਿਰ ਪਿਛਲੇ ਦਿਨ ਆਪਾਂ ਇਸੇ ਮੰਚ ਤੋਂ ਗੱਲ ਸਾਂਝੀ ਕੀਤੀ ਸੀ ਵੀ ਇਹਨਾਂ ਦੇ ਇੱਕ ਸਾਥੀ ਨੇ ਇੰਨੀ ਗੱਲ ਕਹੀ ਹੈ ਵੀ ਬੈਂਸ ਹੋਰੀ ਦਿੱਲੀ ਗਏ ਹੁਣ ਟਿਕਟ ਲੈ ਕੇ ਆਉਣਗੇ ਉੱਥੇ ਤੇ ਜਿਹੜੇ ਬੰਦੇ ਨਾਲ ਗਿਆ ਸੀ ਉਹ ਕਾਂਗਰਸੀ ਸੀਗੇ ਲੇਕਿਨ ਉਹ ਗੱਲ ਬਣੀ ਨੀ ਉਹਨਾਂ ਦੀ ਲੇਕਿਨ ਉਹਨਾਂ ਨੇ ਇਹ ਵਿਚਾਰ ਕਰ ਲਿਆ ਸੀ ਵੀ ਹੁਣ ਸਾਨੂੰ ਕੁਛ ਤੋਂ ਕੁਛ ਕਰਨਾ ਪਊਗਾ ਆਪਣੇ ਜਿਹੜੇ ਆਧਾਰ ਬਣਾਉਣ ਵਾਸਤੇ ਕਿਸੇ ਪਾਰਟੀ ਤੇ ਜੁੜਨਾ ਪਊ ਉਹਨਾਂ ਨੇ ਆਪੇ ਲੋਕ ਇਨਸਾਫ਼ ਪਾਰਟੀ ਉਹ ਵੀ ਕਾਂਗਰਸ ਵਲੀਨ ਕਰ ਲਿਆ ਤੇ ਬਕਾਇਦਾ ਤੌਰ ਤੇ ਕਾਂਗਰਸ ਵਿੱਚ ਜਿਹੜੇ ਉਹ ਸ਼ਾਮਿਲ ਹੋ ਗਏ ਤੇ ਇਹਦੇ ਨਾਲ ਜਿਹੜਾ ਉਹ ਰਾਜਾ ਵੜਿੰਗ ਦੀ ਮਹਿਮ ਨੂੰ ਤਕੜਾ ਹੁੰਗਾਰਾ ਮਿਲੇਗਾ ਚਲੋ ਇਹਨਾਂ ਦਾ ਆਪਣਾ ਵੋਟ ਬੈਂਕ ਇੱਕ ਵੱਖਰੀ ਕਿਸਮ ਦਾ ਹੈਗਾ ਉੱਥੇ ਤੁਸੀਂ ਵੇਖੋ ਨਾ ਪਿੱਛੇ ਜੇ ਜਦੋਂ ਇਹ 2017 ਚੋਣ ਲੜਦੇ ਨੇ ਜਾਂ 22 ਲੜਦੇ ਨੇ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਬੈਠੇ ਉਹ ਜਿਹੜੀਆਂ ਲੇਡੀਜ਼ ਬੈਠੀ ਉਹਨੂੰ ਪੁੱਛੋ ਤੁਸੀਂ ਵੋਟ ਕਿਹਨੇ ਪਾਉਣੀ ਆ ਉਹ ਬੈਂਸ ਨੀ ਕਹਿੰਦੀ ਉਹ ਭੈਣ ਕਹਿੰਦੀਆਂ ਨੇ ਉਹਨਾਂ ਨੇ ਕੱਢਦੀਆਂ ਮੂੰਹ ਬੈਂਸ ਲੇਕਿਨ ਭੈਣ ਜੀ ਮੂੰਹ ਨਿਕਲਦਾ ਭੈਣ ਸੁਣੀ ਵੋਟ ਦੀ ਸੀ ਇਸ ਕਰਕੇ ਉਹਨੂੰ ਥੋੜਾ ਜਿਹਾ ਹੁੰਗਾਰਾ ਜ਼ਰੂਰ ਮਿਲੇਗਾ ਲੇਕਿਨ ਬਿੱਟੂ ਇਹ ਗੱਲ ਕਹਿੰਦਾ ਬਲਾਤਕਾਰੀਆਂ ਨੂੰ ਜਿਹੜੀ ਕਾਂਗਰਸ ਸ਼ਾਮਲ ਕਰ ਲੈਣ ਅੱਛਾ ਜੀ ਕਿਉਂ ਇਹਨਾਂ ਦੇ ਤੁਹਾਨੂੰ ਪਤਾ 3-4 ਕੇਸ ਚੱਲਦੇ ਨੇ ਇੱਕ ਉਹ ਬਲਾਤਕਾਰ ਦਾ ਜਿਹੜਾ ਲੇਡੀ ਦਾ ਉਹ ਇੱਕ ਕੇਸ ਚੱਲਦਾ ਵਾ ਇੱਕ ਉਹ ਚੱਲਦਾ ਵਾ ਇੱਕ ਉਹ ਜਿਹੜਾ ਕੇਸ ਪਹਿਲਾਂ ਹੈਗਾ ਸੀ ਬੈਨੀਪਾਲ ਵਾਲਾ ਉਹ ਚੱਲਦਾ ਵਾ ਕਈ ਕੇਸ ਚੱਲਦੇ ਉਹ ਜਿਹੜੇ ਬਲਾਤਕਾਰੀ ਦਾ ਕੇਸ ਹੈ ਉਹ ਅਜੇ ਪੈਂਡਿੰਗ ਪਿਆ ਜਿਹਦੇ ਵਿੱਚ ਇਹਨਾਂ ਨੇ ਗੱਲ ਕਹੀ ਸੀ ਵੀ ਬਲਾਤਕਾਰੀ ਦੇ ਕੇਸ ਬਲਾਤਕਾਰੀ ਸ਼ਾਮਲ ਕਰ ਲਿਆ ਉਹਦੇ ਵਿੱਚ ਰਾਜਾ ਵੜਿੰਗ ਨੂੰ ਪ੍ਰੈਸ ਨੇ ਪੁੱਛਿਆ ਜੀ ਵੀ ਇਹਦੇ ਬਾਰੇ ਤੁਸੀਂ ਕਹੋਗੇ ਜੀ ਕਹਿੰਦੇ ਮਾਮਲਾ ਸੈਲਸੀਸਾਈਡ ਆ ਜਾਈਦਾ ਮੈਂ ਇਹਦੇ ਬਾਰੇ ਕੁਛ ਨੀ ਕਹਿੰਦਾ ਜੀ ਇਹ ਕੋਰਟ ਵੇਖੇ ਕੀ ਕਰਨਾ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਜੀ ਤੇ ਜਾਂਦੇ ਜਾਂਦੇ ਫਿਰ ਉਹ ਹੰਸਰਾਜ ਹੰਸ ਦਾ ਸਿੱਲੀ ਸਿੱਲੀ ਹਵਾ ਜਿਹੜੀ ਆ ਉੱਥੇ ਵਿਚਾਰੇ ਨੂੰ ਮੁੜਕੋ ਮੁੜਕੀ ਕਰੀ ਜਾਂਦੀ ਹੈ ਕਿਸਾਨ ਇਕੱਲੇ ਉਹਦੇ ਮਗਰ ਉਹ ਵੀ ਵੈਸੇ ਘਬਰਾਉਂਦਾ ਜਾਂ ਨਹੀਂ ਸਾਹਮਣਾ ਕਰ ਲੈਂਦਾ ਹਰੇਕ ਥਾਂ ਤੇ ਵੇਖੋ ਉਹਦਾ ਵਿਰੋਧ ਕਰਨ ਵਾਸਤੇ ਉਹ ਕਿਸਾਨ ਗਏ ਸੀ 3-4 ਕਿਸਾਨ ਫੜ ਵੀ ਲਏ ਸੀਗੇ ਤੇ ਮੁੜ ਕੇ ਕਿਸਾਨਾਂ ਨੇ ਫਿਰ ਐਲਾਨ ਕਰਤਾ ਸੀ ਵੀ ਇੱਥੇ ਪੱਕਾ ਮੋਰਚਾ ਲੱਗੂ ਸਾਡਾ ਜੀ ਉਹਨਾਂ ਨੇ ਅੱਜ ਪੱਕਾ ਮੋਰਚਾ ਲਾਉਣਾ ਸੀ ਤੇ ਕੱਲ ਫਿਰ ਉਹ ਕਿਸਾਨ ਰਿਹਾ ਕਰ ਦਿੱਤੇ ਗਏ ਗੱਲ ਇਹ ਦੀ ਗੱਲ ਇਹ ਹੈ ਵੀ ਤੁਸੀਂ ਇਹਨਾਂ ਨੂੰ ਸਵਾਲ ਪੁੱਛੋ ਜਿਹੜੇ 11 ਸਵਾਲ ਤੁਹਾਨੂੰ ਬਲਵੀਰ ਸਿੰਘ ਰਾਜੇਵਾਲ ਸਿੰਘ ਉਹ ਪੁੱਛੋ ਵਿਰੋਧ ਕਰਨ ਦੀ ਕੀ ਲੋੜ ਹੈ ਵਿਰੋਧ ਕਰੋ ਤੁਸੀਂ ਕੋਈ ਗੱਲ ਨੀ ਕਾਲੀਆਂ ਤੇ ਤੁਸੀਂ ਵਿਖਾ ਸਕਦੇ ਹੋ ਸਾਈਡ ਤੇ ਖਲੋ ਕੇ ਕੋਈ ਗੱਲ ਨੀ ਖੱਟਰ ਦਾ ਕੀ ਕੀਤਾ ਇਹਨਾਂ ਨੇ ਪਾਣੀਪਤ ਦੇ ਵਿੱਚ ਖੱਟਰ ਦਾ ਕਾਫਲਾ ਜਾਂਦਾ ਸੀ ਕਿਸਾਨਾਂ ਨੇ ਸਾਈਡ ਤੇ ਖਲੋ ਕੇ ਉਹਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਬੀਜੇਪੀ ਦੇ ਖਿਲਾਫ਼ ਕਾਲੀ ਝੰਡੀਆਂ ਵੀ ਖਾਈਆਂ ਅੱਧਾ ਕਾਫਲਾ ਅੱਗੇ ਚਲੇ ਗਿਆ ਤੇ ਬਾਕੀ ਕਾਫਲਾ ਪਿੱਛੇ ਰੋਕ ਲਿਆ ਇਹਨਾਂ ਨੇ ਫਿਰ ਕਿਸਾਨ ਆਗੂ ਕਹਿੰਦਾ ਨਹੀਂ ਬੇ ਰੋਕਣਾ ਨੀ ਕਿਸੇ ਨੂੰ ਜਾਣ ਦਿਓ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਦੇ ਖਿਲਾਫ਼ ਨਾਅਰੇਬਾਜ਼ੀ ਕਰੋ ਭਾਈ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਤੁਸੀਂ ਸਾਡੇ ਪਿੰਡਾਂ 'ਚ ਨਹੀਂ ਵੜ ਸਕਦੇ ਇਸ ਕਰਕੇ ਕਿਸਾਨਾਂ ਨੂੰ ਉਹਨਾਂ ਦੇ ਇੱਦਾਂ ਅੱਗੇ ਗੱਡੀਆਂ ਰੋਕਣੀਆਂ ਵਿਰੋਧ ਕਰਨਾ ਉਹ ਨਹੀਂ ਜਿੱਥੇ ਜਾਂਦੇ ਤਾਂ ਚੱਲ ਜਾਓ ਤੁਸੀਂ ਪਹੁੰਚ ਜਾਓ ਉੱਥੇ ਪੁੱਛੋ ਸਵਾਲ ਉਹਨਾਂ ਨੂੰ ਲੇਕਿਨ ਜਦੋਂ ਕਮਿਸ਼ਨ ਦੇ ਕੋਲੇ ਬਕਾਇਦਾ ਤੌਰ ਤੇ ਸਾਡੇ ਗਏ ਨੇ ਜਾਖੜ ਹੋ ਰਹੀ ਉਦੋਂ ਤੱਕ ਕਮਿਸ਼ਨ ਕਾਫ਼ੀ ਸਖ਼ਤ ਹੋਇਆ ਉਹਨੇ ਸਖ਼ਤ ਨਿਰਦੇਸ਼ ਦਿੱਤੇ ਨੇ ਬਕਾਇਦਾ ਤੌਰ ਤੇ DGP ਨੂੰ ਕਿ ਕਿਸਾਨਾਂ ਨੂੰ ਕੋਈ ਵਿਰੋਧ ਕਰਨ ਦਾ ਅਧਿਕਾਰ ਨਹੀਂ ਇਹਨਾਂ ਦਾ ਹੈਗਾ ਉਹ ਆਪਣਾ ਪ੍ਰੋਟੈਸਟ ਕਰਨ ਜੀ ਸਕੇ ਕਰਨ ਲੇਕਿਨ ਇਹਨਾਂ ਨੂੰ ਰੋਕਣ ਦਾ ਅਧਿਕਾਰ ਕੋਈ ਨੀ ਹੈਗਾ ਉਦੋਂ ਤੋਂ ਬਾਅਦ ਫਿਰ ਥੋੜੀ ਸਪੋਰਟ ਸਖ਼ਤ ਹੋ ਗਈ ਹੁਣ ਕਈ ਜਗ੍ਹਾ ਲਾਠੀਚਾਰਜ ਵੀ ਹੁੰਦਾ ਵਾ ਧੱਕਾ ਮੁੱਕੀ ਵੀ ਹੁੰਦੇ ਪੁਲਿਸ ਵਾਲੇ
ਇਸ ਕਰਕੇ ਜਿਹੜੇ ਕਿਸਾਨ ਫੜੇ ਸੀ ਤਿੰਨ ਜੀ ਉਹ ਛੱਡ ਦਿੱਤੇ ਗਏ ਨੇ ਜੀ। ਇਹ ਤਾਂ ਵੈਸੇ ਸਵਾਲ ਪੁੱਛਣ ਵਾਲਾ ਕੰਮ ਤਾਂ ਹੁਣ ਪਾਰਟੀਆਂ ਨੇ ਵੀ ਸ਼ੁਰੂ ਕਰਤਾ ਜੀ, ਆ ਯੂਟਿਊਬਰ ਉਹਦੀ ਇੱਕ ਨਵਾਂ ਯੂਟਿਊਬ ਚੈਨਲ ਜਿਹਾ ਬਣਾ ਕੇ, ਪਤਾ ਨਹੀਂ ਪਾਰਟੀ ਦਾ ਹੁੰਦਾ ਕਿਹਦਾ ਹੁੰਦਾ, ਲਿਖਤੀ ਬਿਆਨ ਸਵਾਲ ਆ ਜਾਂਦੇ ਆ ਵਿਰੋਧੀ ਧਿਰ ਕੰਨੀ, ਉਹ ਬਸ ਇਹ ਉੱਤੇ ਹੋਰ ਕਿਸੇ ਚੱਜ ਦੇ ਬੰਦੇ ਨੂੰ ਸਵਾਲ ਨਹੀਂ ਪੁੱਛਣ ਦਿੰਦੇ, ਆਪਦਾ ਹੀ ਦੱਬੀ ਆਉਂਦੇ, ਆਪਦਾ ਹੀ ਦੱਬੀ ਆਉਂਦੇ ਕਾਮਾ ਰੋਲੀ ਵਾਂਗੂ। ਹੁਣ ਕਹਿੰਦੇ ਹੁੰਦੇ ਪੇਡ ਸਵਾਲ ਦਾ ਮਾਮਲਾ ਪ੍ਰੈਸ 'ਚ ਵੀ ਆ ਗਿਆ। ਸਾਡੀ ਬਦਕਿਸਮਤੀ ਇਹੀ ਹੈ ਅਸੀਂ ਕਿ ਪ੍ਰੈਸ ਪਾਸੇ ਜਾਈਦੇ ਨਹੀਂ ਗਾ ਕਿਸੇ ਲੀਡਰ ਕੋਲੇ, ਵੀ ਤੁਸੀਂ ਇਹਦੀ ਕੰਮ ਦੀ ਗੱਲ ਕਰਨ ਨੂੰ ਤਾਂ ਕਰ ਨਹੀਂ ਦਿੰਦੇ। ਅਗਲੇ ਪਾਸੇ ਆਪਣੇ ਬੰਦੇ ਖੜੇ ਕਿਤੇ ਯੂਪੀ ਖੜੇ ਹੁੰਦੇ, ਉਹੀ ਉਹੀ ਜਿਹੜੇ ਸਵਾਲ ਪਹਿਲਾਂ ਦੱਸੇ ਹੁੰਦੇ ਉਹੀ ਪੁੱਛੀ ਜਾਂਦੇ, ਬਾਰ ਬਾਰ ਉਹੀ ਸਵਾਲ ਦੂਜੀ ਪਿੱਛੇ ਤੋਂ ਕਿਸੇ ਪੁੱਛਣ ਦਿੰਦੇ ਪਹਿਲਾਂ। ਇਸ ਕਰਕੇ ਤੁਹਾਡੀ ਗੱਲ ਠੀਕ ਆ, ਉਹ ਜਿਹੜੀ ਹੈਗੀ ਸੀ ਨਾ ਸਾਡੀ ਲੋਕ ਸਭਾ ਦੀ ਮਾਨਸਿਕਤਾ ਉਹ ਖਤਮ ਹੋ ਚੁੱਕੀ, ਹੁਣ ਕੁਰਸੀ ਤੇ ਲੜਾਈ ਜਾਂਦੀ ਸੱਤਾ ਕਿਵੇਂ ਤੇ ਕਬਜ਼ਾ ਕਿਵੇਂ ਕਰ। ਬਸ 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 ਬਸ, ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ ਮਿਹਰਬਾਨੀ। ਸੋ ਇਹ ਸਨ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਫਿਲਹਾਲ ਇੱਕ ਬ੍ਰੇਕ ਦਾ ਸਮਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ, ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਨਾਲ ਆਪਣੇ ਬਿਜ਼ਨਸ ਦੀ ਐਡ ਕਰਾਉਣੀ ਹੈ ਸਾਡੇ ਨਾਲ ਸੰਪਰਕ। ਸ਼ਾਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੀਨਿਊ ਸਾਊਥ ਈਸਟ ਕੈਂਟ। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99, ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ? ਮੰਨ ਲਓ 519-622-0660 519-622-0660 QTL, because we care.